ਚੰਡੀਗੜ੍ਹ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਕੋਠੀ 'ਚ ਹੈਂਡ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ। ਇਸ ਵੇਲੇ ਵੱਖੋ ਵੱਖ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਤਮਾਮ ਅਧਿਕਾਰੀ ਇਸ ਵੇਲੇ ਇੱਥੇ ਪਹੁੰਚਦੇ ਵਿਖਾਈ ਦੇ ਰਹੇ ਨੇ। 3 ਨੌਜਵਾਨ ਦੱਸੇ ਜਾ ਰਹੇ ਨੇ ਜਿਨ੍ਹਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਾਡੇ ਨਾਲ ਸਾਡੇ ਸਹਿਯੋਗੀ ਦਲਜੀਤ ਜੁੜ ਰਹੇ ਨੇ ਇਸੇ ਖਬਰ ਦੇ ਹੋਰ ਅਪਡੇਟ ਲਈ, ਸਿੱਧਾ ਰੁਕ ਕਰਾਂਗੇ। ਦਲਜੀਤ, ਵਾਕਿਆ 'ਚ ਹੀ ਬੇਹੱਦ ਸੰਗੀਨ ਮਾਮਲਾ ਨਜ਼ਰ ਆ ਰਿਹਾ, ਤਸਵੀਰਾਂ ਦੇ ਵਿੱਚ ਅਸੀਂ ਵੇਖ ਵੀ ਪਾ ਰਹੇ ਹਾਂ, ਪੁਲਿਸ ਦਾ ਵੱਡਾ ਜਮਾਵੜਾ ਨਜ਼ਰ ਆ ਰਿਹਾ। ਕੀ ਕੁਝ ਅਪਡੇਟ ਆ ਰਹੀ ਹੈ ਇਸ ਮਾਮਲੇ ਨੂੰ ਲੈ ਕੇ? ਕੌਣ ਸੀ ਉਹ ਮੁਲਜ਼ਮ ਜਿਨ੍ਹਾਂ ਨੇ ਗ੍ਰਨੇਡ ਸੁੱਟ ਦਿੱਤਾ? ਸੈਕਟਰ 10 ਦੇ ਵਿੱਚ ਹਾਊਸ ਨੰਬਰ 575 ਦੇ ਵਿੱਚ ਇਹ ਗ੍ਰਨੇਡ ਨਾਲ ਇੱਕ ਹਮਲਾ ਹੋਇਆ ਗਾ। 500 ਮਲਹੋਤਰਾ ਨਾਮ ਦਾ ਵਿਅਕਤੀ ਇਸ ਘਰ ਦੇ ਵਿੱਚ ਰਹਿੰਦਾ। ਹਜੇ ਤੱਕ ਇਹ ਨਹੀਂ ਸਮਝ ਆਇਆ ਕਿ ਕਿਸ ਕਿਹੜੇ ਵਿਅਕਤੀਆਂ ਵੱਲੋਂ ਇਹ ਹਮਲਾ ਕੀਤਾ ਗਿਆ। ਜੋ ਪਤਾ ਲੱਗਿਆ ਕਿ ਆਟੋ ਦੇ ਉੱਪਰ 3 ਵਿਅਕਤੀ ਆਏ ਸੀਗੇ ਤੇ ਆਟੋ ਦੇ ਉੱਪਰ ਉਹ ਇੱਕ ਗ੍ਰਨੇਡ ਜਿਹੜਾ ਸਿੱਟ ਕੇ ਬੰਬ ਧਮਾਕੇ ਵਾਲਾ ਇਹਨੂੰ ਘਰ ਦੇ ਵਿੱਚ ਸਿੱਟ ਕੇ ਜਿਹੜੇ ਫਰਾਰ ਹੋ ਗਏ। ਹੁਣ ਹਾਲਾਤ ਜਿਹੜੇ ਇੱਥੇ ਇੱਕ ਤਣਾਅਪੂਰਨ ਬਣੇ ਹੋਏ ਗਏ। ਆਸ ਪਾਸ ਦਾ ਜਿਹੜਾ ਏਰੀਆ ਹੈਗਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਗਾ। ਮੌਕੇ ਦੇ ਉੱਪਰ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਤੇ ਆਸ ਪਾਸ ਦੇ ਜਿਹੜੇ ਘਰਾਂ ਦੇ ਆਸ ਪਾਸ ਜਿਹੜੇ CCTV ਕੈਮਰੇ ਲੱਗੇ ਨੇ ਉਹਨਾਂ ਦੀ ਉਹਨਾਂ ਨੂੰ ਦੇਖ ਰਹੇ ਨੇ ਤੇ ਉਹਨਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਇਹ ਜਿਹੜਾ ਹੁਣ ਤੋਂ ਥੋੜ੍ਹੀ ਦੇਰ 6:30 ਵਜੇ ਇਹ ਜਿਹੜਾ ਇੱਕ ਇਹ ਹਮਲਾ ਜਿਹੜਾ ਘਰ ਦੇ ਵਿੱਚ ਹੋਇਆ ਗਾ। ਬੜੀ ਹੈਰਾਨੀ ਦੀ ਗੱਲ ਹੈ ਦਿਲਜੀਤ, ਜਿਸ ਢੰਗ ਦੇ ਨਾਲ ਅਸੀਂ ਵੇਖਿਆ ਕਿ ਘਰਾਂ ਦੇ ਉੱਪਰ ਫਾਇਰਿੰਗ ਕਰਕੇ ਗੈਂਗਸਟਰ ਫਰਾਰ ਹੋ ਜਾਂਦੇ ਨੇ, ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ, ਪਰ ਇਸ ਵਾਰ ਗ੍ਰਨੇਡ ਹੀ ਸੁੱਟ ਦਿੱਤਾ ਗਿਆ। ਕੋਈ CCTV ਫੁਟੇਜ ਸਾਹਮਣੇ ਆਈ ਹੈ? ਮੁਲਜ਼ਮਾਂ ਦੀ ਸ਼ਨਾਖਤ ਹੋ ਪਾਈ ਹੈ? ਕੌਣ ਸੀ, ਕਿੱਥੋਂ ਆਏ, ਕਿੱਥੇ ਚਲੇ ਗਏ? ਦੇਖੋ, ਬਿਲਕੁਲ ਹਜੇ ਤੱਕ ਜੋ ਸਾਹਮਣੇ ਆਇਆ ਕਿ 3 ਵਿਅਕਤੀ ਜਿਹੜੇ ਆਟੋ ਦੇ ਉੱਪਰ ਆਏ ਸੀ, ਆਟੋ ਦੇ ਉੱਪਰੋਂ ਇਹ ਜਿਹੜਾ ਹੈਗਾ ਕੋਈ ਇਹ ਇਸ ਤਰ੍ਹਾਂ ਦੀ ਚੀਜ਼ ਜਿਹੜੀ ਘਰ ਦੇ ਵਿੱਚ ਸਿੱਟ ਕੇ ਗਏ ਨੇ। ਮੈਂ ਇਹ ਵੀ ਦੱਸਦਾ ਕਿ ਹਜੇ ਤੱਕ ਕਿਸੇ ਅਧਿਕਾਰੀ ਨੇ ਇਹਦੀ ਪੁਸ਼ਟੀ ਨਹੀਂ ਕਰੀ ਵੀ ਕਿਹੜਾ ਇਹ ਗ੍ਰਨੇਡ ਹੈ ਜਾਂ ਕੀ ਚੀਜ਼ ਹੈਗਾ। ਇਹਦੀ ਹਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ, ਕਿਉਂਕਿ ਮੌਕੇ ਦੇ ਉੱਪਰ ਜਿਹੜਾ ਏਰੀਆ ਹੈਗਾ ਪੁਲਿਸ ਵੱਲੋਂ ਜਿਹੜਾ ਹੈਗਾ ਸੀਲ ਕੀਤਾ ਗਿਆ ਹੈਗਾ। 3 ਵਿਅਕਤੀ ਜਿਹੜਾ ਦੱਸਿਆ ਜਾ ਰਿਹਾ ਕਿ ਆਟੋ ਦੇ ਉੱਪਰ 3 ਵਿਅਕਤੀ ਆਏ ਸੀਗੇ, ਉਹਨਾਂ ਵੱਲੋਂ ਇਹ ਜਿਹੜਾ ਹੈਗਾ ਘਰ ਦੇ ਉੱਪਰ ਜਿਹੜਾ ਹੈਗਾ ਹਮਲਾ ਕੀਤਾ ਗਿਆ ਹੈਗਾ। ਬਾਕੀ ਪੁਲਿਸ ਜਿਹੜਾ ਹੈਗਾ ਘਰ ਦੇ ਜਿਹੜੇ ਮੈਂਬਰ ਹੈ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਵੀ ਕੌਣ ਵਿਅਕਤੀ ਜਿਹੜਾ ਹੋ ਸਕਦਾ ਇਸ ਤਰ੍ਹਾਂ ਦਾ ਜਾਂ ਕਿਸੇ ਦੀ ਦੁਸ਼ਮਣੀ ਤਾਂ ਨਹੀਂ ਕਿਸੇ ਨਾਲ। ਇਹ ਚੀਜ਼ਾਂ ਹੁਣ ਸਾਰੇ ਐਂਗਲ ਨਾਲ ਜਿਹੜਾ ਹੈਗਾ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰ ਮੌਕੇ ਦੇ ਉੱਪਰ ਸੀਨੀਅਰ ਅਧਿਕਾਰੀ ਜਿਹੜੇ ਹੈਗੇ ਪਹੁੰਚੇ ਹੋਏ ਨੇ। ਤੇ ਕੀ ਕੁਝ ਕੋਈ ਪਤਾ ਚੱਲਿਆ ਦਿਲਜੀਤ ਕਿ ਆਖਿਰਕਾਰ ਇਸ ਕੋਠੀ ਦੇ ਵਿੱਚ ਰਹਿੰਦਾ ਕੌਣ ਸੀ? ਕੋਈ ਵਪਾਰੀ ਹੈ ਜਾਂ ਫਿਰ ਉਸਨੂੰ ਕੋਈ ਫਰੌਤੀ ਦੇ ਲਈ ਧਮਕੀ ਮਿਲੀ ਹੋਵੇ? ਕਿਉਂਕਿ ਅਕਸਰ ਗੋਲੀਆਂ ਚੱਲਦੀਆਂ ਨੇ ਕੋਠੀਆਂ ਦੇ ਉੱਪਰ, ਘਰਾਂ ਦੇ ਉੱਪਰ, ਪੰਜਾਬ ਦੇ ਵਿੱਚ ਗੱਲਾਂ ਹਾਲਾਂਕਿ ਮੰਦਭਾਗੀ ਗੱਲ ਹੈ ਪਰ ਬੜੀਆਂ ਆਮ ਹੋ ਗਈਆਂ ਨੇ। ਅੱਜ ਇੱਥੇ ਗ੍ਰਨੇਡ ਸੁੱਟ ਦਿੱਤਾ ਗਿਆ, ਕੀ ਸਮਝਿਆ ਜਾਵੇ? ਕੋਈ ਖਾਸ ਟਾਰਗੇਟ ਵਜ੍ਹਾ ਬਣਾਉਣ, ਕੋਈ ਖਾਸ ਵਜ੍ਹਾ ਟਾਰਗੇਟ ਬਣਾਉਣ ਦੀ? ਦੇਖੋ ਬਿਲਕੁਲ ਅਮਿਤ, ਜਿਹੜਾ ਇਹ ਏਰੀਆ ਹੈਗਾ 10 ਸੈਕਟਰ ਦਾ ਪੋਸ਼ ਏਰੀਆ ਹੈਗਾ। ਇਸ ਏਰੀਏ ਦੇ ਨਾਲ ਨਾਲ ਜੇ ਥੋੜ੍ਹੀ ਦੂਰ ਅਗਰ ਗੱਲ ਕੀਤੀ ਜਾਵੇ CM ਹਾਸਪੀਟਲ ਇੱਥੋਂ ਨੇੜੇ ਹੀ ਪੈਂਦਾ ਹੈਗਾ, ਸਾਰੇ ਜਿਹੜਾ ਹੈਗਾ ਇਹ ਪੋਸ਼ ਏਰੀਆ ਹੈਗਾ। ਹੁਣ ਇਹ ਪੂਰੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਇਆ ਕੀ ਕਾਰਨ ਹੋ ਸਕਦੇ ਨੇ। ਇੰਨਾ ਕਹਿਣਾ ਹਜੇ ਮੁਸ਼ਕਲ ਹੋ ਗਿਆ ਕਿ ਕਿਸੇ ਨੇ ਜਾਂ ਪੜੋਸੀ ਦੀ ਕਾਲ ਆਈ ਸੀ ਜਾਂ ਕੌਣ ਸੀਗੀ, ਕਿਉਂਕਿ ਹਜੇ ਤਾਂ ਪੁਲਿਸ ਜਿਹੜੀ ਹੈਗੀ ਇਹ ਮੌਕੇ ਦੇ ਉੱਪਰ ਜਿਹੜੇ ਕਿਉਂ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜਾ CFS ਦੀ ਟੀਮ ਬੁਲਾਈ ਹੈ ਮੌਕੇ ਦੇ ਉੱਪਰ ਜਿਹੜੇ ਜਾਂਚ ਕਰ ਰਹੀ ਹੈ। ਇਹ ਤਾਂ ਹੁਣ ਜਾਂਚ ਤੋਂ ਬਾਅਦ ਹੀ ਜਿਹੜਾ ਸਾਹਮਣੇ ਆਏਗਾ ਤੇ ਜਿਹੜੇ ਘਰ ਦੇ ਵਿੱਚ ਹਮਲਾ ਹੋਇਆ ਉਹਨਾਂ ਤੋਂ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਤੇ ਆਸ ਪਾਸ ਦੇ ਖਾਸ ਕਰਕੇ ਜਿਹੜੇ ਇਸ ਏਰੀਆ ਦੇ ਵਿੱਚ ਘਰਾਂ ਦੇ ਬਾਹਰ ਕੈਮਰੇ ਲੱਗੇ ਹੋਏ ਨੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਫਰੋਲਿਆ ਜਾ ਰਿਹਾ। ਪਰ ਇਹ ਜ਼ਰੂਰ ਸਾਹਮਣੇ ਆਇਆ ਕਿ ਕੋਈ ਆਟੋ ਦੇ ਉੱਪਰ ਕੋਈ 3 ਵਿਅਕਤੀ ਜਿਹੜੇ ਆਏ ਸੀਗੇ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਘਰ ਦੇ ਵਿੱਚ ਹਮਲਾ ਕੀਤਾ ਗਿਆ ਹੈਗਾ। ਬਿਲਕੁਲ, ਇਹ ਤਸਵੀਰਾਂ ਵਿੱਚ ਅਸੀਂ ਵੇਖ ਪਾ ਰਹੇ ਹਾਂ ਦਿਲਜੀਤ, ਕਿ ਇੱਥੇ ਕੋਈ ਹੋਰ ਵੀ ਡੌਗ ਸਕੁਆਡ ਵੀ ਪਹੁੰਚਿਆ ਹੈ, ਬੰਬ ਨਿਰੋਧਕ ਦਸਤਾ ਵੀ ਪਹੁੰਚਿਆ, ਕਿਉਂਕਿ ਬੜਾ ਸੈਂਸਿਟਿਵ ਮਾਮਲਾ ਸਮਝਿਆ ਜਾ ਸਕਦਾ ਹੈ। ਔਰ ਇਸ ਮਾਮਲੇ ਦੇ ਉੱਪਰ ਸਮਝਿਆ ਜਾ ਸਕਦਾ ਹੈ ਕਿ ਹੁਣ ਹਾਈ ਪ੍ਰੋਫਾਈਲ ਮਾਮਲਾ ਹੈ ਤਾਂ ਹੋਰ ਟੀਮਾਂ ਵੀ ਪਹੁੰਚਣਗੀਆਂ। ਇੱਥੇ ਕਿਹੜੀਆਂ ਟੀਮਾਂ, ਕਿਹੜੇ ਕਿਹੜੇ ਅਫਸਰ, ਕਿਹੜੇ ਕਿਹੜੇ ਅਧਿਕਾਰੀ ਇੱਥੇ ਪੂਰੇ ਇਲਾਕੇ ਨੂੰ ਕੋਰਡਨ ਆਫ ਕਰਦੇ ਵਿਖਾਈ ਦੇ ਰਹੇ ਨੇ? ਚੰਡੀਗੜ੍ਹ ਦੇ ਵਿੱਚ ਕੀ ਅਲਰਟ ਘੋਸ਼ਿਤ ਕੀਤਾ ਗਿਆ ਇਸ ਮਾਮਲੇ ਨੂੰ ਲੈ ਕੇ?
ਦੇਖੋ ਬਿਲਕੁਲ ਜਿਹੜਾ ਇਹ ਏਰੀਆ ਗਾ ਇਸ ਏਰੀਆ ਨੂੰ ਲੈ ਕੇ ਜਿਹੜਾ ਅਲਰਟ ਜਿਹੜਾ ਘੋਸ਼ਿਤ ਕੀਤਾ ਜਾਏ। ਇਸ ਤੋਂ ਇਲਾਵਾ ਜਿਹੜੇ ਸੀਨੀਅਰ ਅਧਿਕਾਰੀ SSP ਲੈਵਲ ਦੇ ਜਿਹੜੇ ਅਧਿਕਾਰੀ ਇੱਥੇ ਮੌਕੇ ਦੇ ਉੱਪਰ ਪਹੁੰਚ ਗਏ ਨੇ ਤੇ ਅਲੱਗ ਅਲੱਗ ਡੌਗ ਸਕੇਅਰ ਬੰਬ ਸਕੇਅਰ ਜਿਹੜੀ ਟੀਮਾਂ ਨੇ ਉਹ ਇੱਥੇ ਬੰਬ ਡਿਸਪੋਜ਼ਲ ਜਿਹੜੀ ਟੀਮਾਂ ਨੇ ਉਹ ਇੱਥੇ ਮੌਕੇ ਦੇ ਉੱਪਰ ਪਹੁੰਚੀਆਂ ਨੇ। ਫਿਲਹਾਲ ਜਿਹੜਾ ਗਾ ਇਹ ਜਿਹੜਾ ਇਹ ਘਰ ਦਾ ਏਰੀਆ ਗਾ ਇਸ ਚੀਜ਼ ਨੂੰ ਜਿਹੜਾ ਗਾ ਪੁਲਿਸ ਵੱਲੋਂ ਜਿਹੜਾ ਗਾ ਸੀਲ ਕੀਤਾ ਜਾ ਰਿਹਾ ਗਾ। ਮੈਂ ਤੁਹਾਨੂੰ ਦੱਸਦਾ ਕਿ ਜੋ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਇਹੀ ਆਇਆ ਕਿ ਤਿੰਨ ਵਿਅਕਤੀ ਕੋਈ ਜਿਹੜੇ ਕਿ ਆਟੋ ਦੇ ਉੱਪਰ ਆਏ ਸੀਗੇ, ਆਟੋ ਦੇ ਉੱਪਰ ਆ ਕੇ ਜੀਤ ਕੋਈ ਜ਼ਖਮੀ ਹੋਇਆ ਇਸ ਮਾਮਲੇ ਦੇ ਵਿੱਚ, ਕੋਈ ਫੱਟੜ ਹੋਇਆ, ਕੋਈ ਕਿਸੇ ਨੂੰ ਸੱਟ ਫੇਟ ਲੱਗੀ ਹੈ? ਨਾਲ ਦੇ ਨਾਲ ਇਹ ਵੀ ਜ਼ਰੂਰ ਕੀ ਕਨਫਰਮ ਕਰ ਦਿੱਤਾ ਗਿਆ ਕਿ ਗ੍ਰਨੇਡ ਹੀ ਸੀ, ਧਮਾਕਾ ਖੇਜ ਸਮੱਗਰੀ ਗ੍ਰਨੇਡ ਹੀ ਸੀ? ਬਿਲਕੁਲ, ਹਜੇ ਤੱਕ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਜਿਹੜੀ ਵੀ ਖਬਰ ਨਹੀਂ ਆਈ ਹੈ ਕਿ ਹਜੇ ਤੱਕ ਇਸ ਪੂਰੇ ਇਸ ਮਾਮਲੇ ਦੇ ਵਿੱਚ। ਫਿਲਹਾਲ ਜੋ ਹਜੇ ਕਲੀਅਰ ਨਹੀਂ ਹੋਇਆ ਕਿ ਇਹ ਕਿਸ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਕਾਫੀ ਜ਼ਿਆਦਾ ਇੱਥੇ ਭੀੜ ਨਜ਼ਰ ਆ ਰਹੀ ਹੈ ਦਿਲਜੀਤ, ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਵੇਖ ਪਾ ਰਹੇ ਹਾਂ, ਵੱਖ ਵੱਖ ਅਧਿਕਾਰੀ ਮੌਕੇ ਦੇ ਉੱਪਰ ਪਹੁੰਚਦੇ ਵਿਖਾਈ ਦੇ ਰਹੇ ਨੇ। ਇੱਥੇ ਜਦ ਗ੍ਰਨੇਡ ਸੁੱਟਿਆ ਗਿਆ ਕੀ ਦੱਸਿਆ ਜਾ ਰਿਹਾ, ਉਸ ਵੇਲੇ ਕੋਠੀ ਦੇ ਬਾਹਰ ਕੋਈ ਮੌਜੂਦ ਸੀ ਜਾਂ ਫਿਰ ਕਿੱਥੇ ਇਹ ਗ੍ਰਨੇਡ ਸੁੱਟਿਆ ਗਿਆ, ਕਿੱਥੇ ਕਿੰਨਾ ਨੁਕਸਾਨ ਹੋਇਆ ਕੋਠੀ ਦੇ ਵਿੱਚ, ਕੀ ਸਮਾਨ ਜਿਹੜਾ ਪਿਆ ਸੀ ਉਸ ਨੂੰ ਵੀ ਨੁਕਸਾਨ ਪਹੁੰਚਿਆ? ਕਿਸੇ ਸ਼ਖਸ ਨੂੰ ਤਾਂ ਤੁਸੀਂ ਦੱਸਿਆ ਕਿ ਜਾਨੀ ਨੁਕਸਾਨ ਨਹੀਂ ਹੋਇਆ, ਗਨੀਮਤ ਰਹੀ, ਪਰ ਕੀ ਸਮਾਨ ਨੂੰ ਨੁਕਸਾਨ ਪਹੁੰਚਿਆ? ਇੱਥੇ ਕਿਸੇ ਗੱਡੀ ਦੇ ਉੱਪਰ ਸੁੱਟਿਆ ਗਿਆ, ਕਿੱਥੇ ਸੁੱਟਿਆ ਗਿਆ ਗ੍ਰਨੇਡ? ਬਿਲਕੁਲ, ਦੇਖੋ ਅਮਿਤ, ਜਿਹੜਾ ਇਹ ਰੈਜੀਡੈਂਸ ਏਰੀਆ ਘਰਾਂ ਦਾ ਏਰਾ ਕੋਠੀਆਂ ਹੈਗੀਆਂ, ਇਹ ਇਹਨੂੰ ਲੈ ਕੇ ਹਮਲੇ ਨੂੰ ਲੈ ਕੇ ਆਸ ਪਾਸ ਦੇ ਵਿੱਚ ਜਿਹੜਾ ਗਾ ਕਾਫੀ ਜਿਹੜਾ ਮਾਹੌਲ ਖਰਾਬ ਹੈ, ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਘਰ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹਮਲਾ ਇਸ ਘਰ ਦੇ ਹੋਇਆ ਗਾ, ਇਹਨੂੰ ਲੈ ਕੇ ਜਿਹੜੇ ਲੋਕ ਕਾਫੀ ਸਹਿਮੇ ਹੋਏ ਨੇ, ਕਿਉਂਕਿ ਚੰਡੀਗੜ੍ਹ ਦਾ ਇੱਕ ਪੌਸ਼ ਏਰੀਆ ਗਾ, ਇਹਨੂੰ ਲੈ ਕੇ ਹਜੇ ਫਿਲਹਾਲ ਜੋ ਜਾਨੀ ਨੁਕਸਾਨ ਦੀ ਤਾਂ ਕੋਈ ਖਬਰ ਨਹੀਂ ਹੈ, ਪਰ ਇਹ ਘਰ ਦੇ ਵਿੱਚ ਹੀ ਜਿਹੜਾ ਗਾ ਜਿਹੜਾ ਗਾ ਆਟੋ ਦੇ ਉੱਪਰ ਸਿੱਟ ਕੇ ਗਏ ਆ। ਦੱਸਿਆ ਜਾ ਰਿਹਾ ਕਿ ਬੇਸਮੈਂਟ ਸੀਗੀ, ਬੇਸਮੈਂਟ ਦੇ ਉੱਪਰ ਜਿਹੜਾ ਗਾ ਇਹ ਇਸਦੇ ਗ੍ਰਨੇਡ ਜਿਹੜੀ ਸਿੱਟ ਕੇ ਗਏ ਨੇ। ਫਿਲਹਾਲ ਅਜੇ ਜਾਂਚ ਕੀਤੀ ਜਾ ਰਹੀ ਹੈ, ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਏਰੀਏ ਦੇ ਵਿੱਚ ਜਿਹੜਾ ਗਾ ਮਾਹੌਲ ਜਿਹੜੇ ਲੋਕ ਵੀ ਦੇਖੇ ਤੁਸੀਂ ਕਿਵੇਂ ਪਰੇਸ਼ਾਨ ਨੇ, ਤੇ ਪੂਰਾ ਪੁਲਿਸ ਵੱਲੋਂ ਜਿਹੜਾ ਗਾ ਇਸ ਏਰੀਏ ਨੂੰ ਜਿਹੜਾ ਗਾ ਸੀਲ ਕੀਤਾ ਗਿਆ ਗਾ। ਦਿਲਜੀਤ ਤੁਸੀਂ ਬਣੇ ਰਹੋ ਸਾਡੇ ਨਾਲ, ਪਰ ਤਸਵੀਰਾਂ ਵੇਖ ਕੇ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ ਕਿ ਇਸ ਵੇਲੇ ਪੁਲਿਸ ਦੇ ਲਈ ਕਿੱਡੀ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਆਖਿਰਕਾਰ ਚੰਡੀਗੜ੍ਹ ਵਰਗੀ ਸੇਫ ਮੰਨੀ ਜਾਣ ਵਾਲੀ ਸਿਟੀ ਦੇ ਵਿੱਚ, ਪੰਜਾਬ ਦੀ ਰਾਜਧਾਨੀ ਦੇ ਵਿੱਚ ਆਖਿਰਕਾਰ ਇੰਨੇ ਹੌਸਲੇ ਕਿੱਦਾਂ ਬੁਲੰਦ ਹੋ ਗਏ ਕਿਸੇ ਦੇ ਕਿ ਗ੍ਰਨੇਡ ਸੁੱਟ ਕੇ ਕੋਈ ਫਰਾਰ ਹੋ ਗਿਆ। ਕੋਈ ਵੀ ਲੀਡ, ਹਾਲਾਂਕਿ ਹਲੇ ਬੜੀ ਜਲਦਬਾਜ਼ੀ ਹੋਵੇਗੀ, ਘੰਟਾ ਅੱਧੇ ਘੰਟੇ ਦਾ ਹੀ ਸਮਾਂ ਬੀਤਿਆ ਦਲਜੀਤ, ਪਰ ਕੋਈ ਵੀ ਲੀਡ ਪੁਲਿਸ ਦੇ ਹੱਥ ਹੁਣ ਤੱਕ ਲੱਗੀ ਹੈ? ਤੱਕ ਤਾਂ ਜੋ ਇਹੀ ਸਾਹਮਣੇ ਆਇਆ ਕਿ ਆਟੋ ਦੇ ਵਿੱਚ ਜਿਹੜੇ ਵਿਅਕਤੀ ਆਏ ਸੀ ਉਹਨਾਂ ਨੂੰ, ਕਿਉਂਕਿ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਖਾਸ ਕਰਕੇ ਜਿਹੜਾ ਏਰੀਆ ਗਾ ਇਸ ਏਰੀਏ ਦੇ ਵਿੱਚ ਜਿਹੜੇ ਕੈਮਰੇ ਲੱਗੇ ਨੇ ਉਹ ਉਹਨਾਂ ਨੂੰ ਜਿਹੜਾ ਗਾ ਪੁਲਿਸ ਬਚ ਰਹੀ ਹੈਗੀ। ਇਹ ਤੋਂ ਇਲਾਵਾ ਜਿਹੜੇ ਘਰ ਦੇ ਵਿੱਚ ਹਮਲਾ ਹੋਇਆ ਗਾ ਉਹਨਾਂ ਦੇ ਜਿਹੜੇ ਪਰਿਵਾਰ ਹੈ ਉਹਨਾਂ ਨਾਲ ਪੁੱਛਗਿੱਛ ਕਰ ਰਹੀ ਹੈ ਕਿ ਕੌਣ ਵਿਅਕਤੀ ਜਿਹੜੇ ਹੋ ਸਕਦਾ ਕਿਸੇ ਨਾਲ ਕੋਈ ਕਿਸੇ ਦੀ ਦੁਸ਼ਮਣੀ ਤਾਂ ਨਹੀਂ ਸੀਗੀ। ਇਸ ਤਰ੍ਹਾਂ ਹੁਣ ਲੈ ਕੇ ਜਿਹੜਾ ਗਾ ਪੁਲਿਸ ਵੱਲੋਂ ਜਿਹੜੀ ਕਿ ਜਾਂਚ ਜਿਹੜੀ ਕਿ ਕੀਤੀ ਜਾ ਰਹੀ ਹੈਗੀ। ਡੌਗ ਸਕੁਆਡ ਵੀ ਅਸੀਂ ਵੇਖ ਪਾ ਰਹੇ ਹਾਂ, ਬੰਬ ਨਿਰੋਧਕ ਦਸਤਾ ਵੀ ਇੱਥੇ ਪਹੁੰਚਿਆ ਹੈ, ਕੋਈ ਹੋਰ ਧਮਾਕਾ ਖੇਜ ਸਮੱਗਰੀ ਇੱਥੋਂ ਬਰਾਮਦ ਹੋਈ ਹੈ ਦਲਜੀਤ? ਕਿਉਂਕਿ ਅਮੂਮਨ ਵੇਖਿਆ ਜਾਂਦਾ ਕਿ ਅਕਸਰ ਇੱਕ ਹਮਲੇ ਤੋਂ ਬਾਅਦ ਡਰ ਬਣਿਆ ਰਹਿੰਦਾ ਕਿ ਕੋਈ ਹੋਰ ਧਮਾਕਾ ਨਾ ਹੋ ਜਾਵੇ, ਹੋਰ ਕੋਈ ਇੱਥੇ ਗ੍ਰਨੇਡ ਜਾਂ ਫਿਰ ਹੋਰ ਧਮਾਕਾ ਖੇਜ ਸਮੱਗਰੀ ਨਾ ਰੱਖੀ ਗਈ ਹੋਵੇ। ਕੀ ਇਸ ਢੰਗ ਦੀ ਵੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਬੰਬ ਸਕੁਆਡ ਵੱਲੋਂ? ਦੇਖੋ ਅਮਿਤ, ਹਜੇ ਤੱਕ ਉੱਪਰ ਜਿਹੜਾ ਇਸ ਮਾਮਲੇ ਦੀ ਜਿਹੜੀ ਕਿ ਪੁਲਿਸ ਜਿਹੜੀ ਕਿ ਜਾਂਚ ਕਰ ਰਹੀ ਹੈ, ਘਰ ਦੇ ਵਿੱਚ ਜਿਹੜੇ ਅਲੱਗ ਅਲੱਗ ਜਿਹੜੀਆਂ ਕੰਪਨੀਆਂ ਜਾਂ ਅਲੱਗ ਅਲੱਗ ਜਾਂਚ ਕਰਨੀਆਂ ਜਿਹੜੀਆਂ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਨੇ, ਹਜੇ ਤੱਕ ਹੋਰ ਵੀ ਹਜੇ ਤੱਕ ਕੋਈ ਹੋਰ ਖਬਰ ਨਹੀਂ ਆ ਰਹੀ, ਕਿਉਂਕਿ ਹਜੇ ਪੁਲਿਸ ਜਿਹੜੀ ਪੂਰੇ ਮਾਮਲੇ ਦੀ ਇਹ ਜਾਂਚ ਕਰ ਰਹੀ ਹੈਗੀ। ਤੇ ਬਾਕੀ ਇਹ ਦਾਅਵਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਿ ਜਲਦ ਤੋਂ ਜਲਦ ਜਿਹੜੇ ਆਟੋ ਦੇ ਉੱਪਰ ਆਏ ਸੀਗੇ ਉਹਨਾਂ ਦੀ ਜਿਹੜੀ ਪਛਾਣ ਕਰ ਲਿੱਤੀ ਜਾਵੇਗੀ। ਦਲਜੀਤ, ਥੋੜ੍ਹਾ ਇਲਾਕੇ ਬਾਰੇ ਤੁਹਾਡੇ ਕੋਲੋਂ ਜਾਣਨਾ ਸਮਝਣਾ ਚਾਹਾਂਗੇ। ਸੈਕਟਰ 10 ਹਾਲਾਂਕਿ ਬੜਾ ਪੌਸ਼ ਇਲਾਕਾ ਮੰਨਿਆ ਜਾਂਦਾ ਚੰਡੀਗੜ੍ਹ ਦੇ ਵਿੱਚ, ਪਰ ਫਿਰ ਵੀ ਇਸ ਦੇ ਨੇੜੇ ਤੇੜੇ ਕੋਈ ਇੰਪੋਰਟੈਂਟ ਪੁਆਇੰਟਸ, ਕੋਈ ਇੰਪੋਰਟੈਂਟ ਸਪੋਟਸ ਸਮਝੇ ਜਾ ਸਕਦੇ ਨੇ ਜਿਨ੍ਹਾਂ ਨੂੰ ਟਾਰਗੇਟ ਬਣਾਇਆ ਜਾ ਸਕਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ? ਕਿਉਂਕਿ ਖਤਰਾ ਹਲੇ ਵੀ ਹੋ ਸਕਦਾ ਨਾ ਟਲਿਆ ਹੋਵੇ, ਕੋਈ ਇੰਪੋਰਟੈਂਟ ਪੁਆਇੰਟਸ ਜਿਹੜੇ ਉਹਨਾਂ ਨੂੰ ਵੀ ਸਿਕਿਓਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ?
ਦੇਖੋ ਬਿਲਕੁਲ, ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜਾ 10 ਸੈਕਟਰ ਦਾ ਇਹ ਏਰੀਆ ਹੈਗਾ, ਖਾਸ ਕਰਕੇ ਜਿਹੜੇ 573 ਨੰਬਰ ਕੋਠੀ ਦੱਸੀ ਹੈ ਮੈਂ, ਇਹ ਬਿਲਕੁਲ ਜਿਹੜਾ ਹੈਗਾ ਪੋਸ਼ ਏਰੀਆ ਹੈਗਾ। ਕਈ ਇੱਥੇ ਜਿਹੜੇ ਕਿ ਸੀਨੀਅਰ ਵਕੀਲ ਇੱਥੇ ਰਹਿੰਦੇ ਨੇ। ਇਹਦੇ ਨਾਲ ਨਾਲ ਹੀ ਚੰਡੀਗੜ੍ਹ ਦਾ ਜਿਹੜਾ ਹੈਗਾ ਮੌਂਟ ਵਿਊ ਹੋਟਲ ਵੀ ਇਹਦੇ ਨਾਲ ਹੀ ਹੈਗਾ। ਇਹਦੇ ਨਾਲ ਨਾਲ ਆਸ ਪਾਸ ਦੀ ਅਗਰ ਗੱਲ ਕਰੀਏ, 10 ਸੈਕਟਰ ਦੇ ਨਾਲ ਹੀ ਸੈਕਟਰ 4-3 ਜਿਹੜਾ ਹੈਗਾ ਬੀ ਆਈ ਪੀ ਏਰੀਆ ਨਾਲ ਲੱਗਦਾ ਹੈਗਾ। ਇਹਦੇ ਸੀਐਮ ਦੇ ਘਰ ਦਾ ਵੀ ਬੈਕ ਸਾਈਡ ਕਹਿ ਸਕਦੇ ਹਾਂ ਅਸੀਂ, ਉਹ ਲੱਗਦਾ ਹੈਗਾ। ਇਹ ਇੱਕ ਪੌਸ਼ ਏਰੀਆ ਹੈਗਾ ਚੰਡੀਗੜ੍ਹ ਦਾ ਜਿੱਥੇ ਇਹ ਹਮਲਾ ਹੋਇਆ ਹੈਗਾ। ਤੇ ਸ਼ਨਾਖਤ ਹੋ ਪਾਈ ਹੈ ਦਿਲਜੀਤ, ਕਿ ਆਖਿਰਕਾਰ ਘਰ ਕਿਹਦਾ ਸੀ? ਕੋਈ ਅਫਸਰ ਸੀ ਜਾਂ ਫਿਰ ਕੋਈ ਪੁਲਿਸ ਡਿਪਾਰਟਮੈਂਟ ਦੇ ਨਾਲ ਸੰਬੰਧਿਤ ਸੀ, ਕੋਈ ਵਕੀਲ ਸੀ, ਕੋਈ ਬਿਜ਼ਨਸਮੈਨ ਸੀ? ਕੀ ਇਸ ਬਾਰੇ ਕੋਈ ਵੀ ਜਾਣਕਾਰੀ, ਕੋਈ ਅਪਡੇਟ? ਬਿਲਕੁਲ ਬਿਲਕੁਲ ਅਮਿਤ, ਇਹੀ ਅਸੀਂ ਜਾਣਨ ਦੀ ਕੋਸ਼ਿਸ਼ ਕਰੇ, ਕਿਉਂਕਿ ਹਜੇ ਜਿਹੜਾ ਥੋੜੀ ਦੇਰ ਪਹਿਲਾਂ ਹੀ 6:30-7 ਵਜੇ ਦੀ ਇਹ ਘਟਨਾ ਹੈ ਜੀ। ਜੋ ਹਜੇ ਧਿਆਨ ਸਾਹਮਣੇ ਆਇਆ, ਇਹ ਦੱਸਿਆ ਜਾ ਰਿਹਾ ਕਿ ਮਲਹੋਤਰਾ ਨਾਮ ਦਾ ਕੋਈ ਵਿਅਕਤੀ ਇੱਥੇ ਰਹਿੰਦਾ ਸੀਗਾ। ਫਿਲਹਾਲ ਹਜੇ ਤੱਕ ਕੋਈ ਜਾਣਕਾਰੀ ਜਿਹੜੀ ਨਹੀਂ ਮਿਲੀ, ਕਿਉਂਕਿ ਹਜੇ ਪੁਲਿਸ ਜਿਹੜੀ ਇਸ ਪੂਰੇ ਮਾਮਲੇ ਦੀ ਜਾਂਚ ਕਰਕੇ, ਕਿਉਂਕਿ ਜਿਹੜਾ ਏਰੀਆ ਹੈਗਾ ਇਹਨੂੰ ਪਹਿਲਾਂ ਦਾ ਸੀਲ ਕੀਤਾ ਗਿਆ ਹੈਗਾ, ਸੀਲ ਕਰਕੇ ਹੁਣ ਜਿਹੜੀ ਕਿ ਪੁਲਿਸ ਜਿਹੜੀ ਕਿ ਇਹਨੂੰ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੁਣ ਪੁਲਿਸ ਦੇ ਅਧਿਕਾਰੀ ਜਿਹੜਾ ਹੈਗਾ ਇਹਦੀ ਪੂਰੀ ਜਾਣਕਾਰੀ ਦੇਣਗੇ। ਦਿਲਜੀਤ, ਜਿੱਦਾਂ ਤੁਸੀਂ ਦੱਸ ਵੀ ਰਹੇ ਹੋ ਕਿ ਏਰੀਆ ਨੂੰ ਸੀਲ ਕੀਤਾ ਜਾ ਰਿਹਾ, ਔਰ ਇੱਥੇ ਅਸੀਂ ਘਰ ਦੇ ਅੰਦਰ ਦੀਆਂ ਜਿਹੜੀਆਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ, ਇੱਥੇ ਡੌਗ ਸਕੁਆਡ ਨਜ਼ਰ ਆ ਰਿਹਾ, ਪੁਲਿਸ ਦੇ ਆਲਾ ਅਧਿਕਾਰੀ ਨਜ਼ਰ ਆ ਰਹੇ ਨੇ, ਵੱਡੇ ਵੱਡੇ ਅਫਸਰ ਇੱਥੇ ਲਗਾਤਾਰ ਪਹੁੰਚ ਰਹੇ ਨੇ, ਫਾਇਰ ਬ੍ਰਿਗੇਡ ਦੀ ਗੱਡੀ ਵੀ ਇੱਥੇ ਪਹੁੰਚੀ ਹੈ। ਜਦ ਧਮਾਕਾ ਹੋਇਆ ਕਿ ਕੋਈ ਅੱਗ ਵੀ ਇੱਥੇ ਲੱਗੀ ਹੈ, ਫਾਇਰ ਬ੍ਰਿਗੇਡ ਦੀ ਗੱਡੀ ਕਿਉਂਕਿ ਇੱਥੇ ਪਹੁੰਚੀ ਹੈ, ਕੋਈ ਅੱਗ ਵੀ ਇੱਥੇ ਲੱਗੀ ਹੈ ਜਾਂ ਫਿਰ ਸਿਰਫ ਇੱਕ ਬਲਾਸਟ ਦੀ ਆਵਾਜ਼ ਸੁਣਦੀ ਹੈ, ਤੇ ਉਸ ਤੋਂ ਬਾਅਦ ਇਹ ਸਾਰੀਆਂ ਜਿਹੜੀਆਂ ਡਿਵੈਲਪਮੈਂਟਸ ਵਿਖਾਈ ਦੇ ਰਹੀਆਂ ਨੇ? ਦੇਖੋ ਬਿਲਕੁਲ, ਜਦੋਂ ਵੀ ਕੋਈ ਇਸ ਤਰ੍ਹਾਂ ਦੀ ਕੋਈ ਸੂਚਨਾ ਪੁਲਿਸ ਨੂੰ ਮਿਲਦੀ, ਉਹਨੂੰ ਲੈ ਕੇ ਜਿਹੜਾ ਮੌਕੇ ਦੇ ਉੱਪਰ ਫਾਇਰ ਬ੍ਰਿਗੇਡ ਹੋਏ ਜਾਂ ਫਿਰ ਹੋਏ ਡੌਗ ਸਕੇਅਰ ਹੋਏ, ਬੰਬ ਨਿਰੋਧਕ ਦਸਤਾ ਹੋਏ, ਇਹ ਸਾਰੇ ਹੀ ਮੌਕੇ ਦੇ ਉੱਪਰ ਪਹੁੰਚਦੇ ਨੇ। ਇਹ ਜਿਹੜੀ ਖਬਰ ਸੀਗੀ, ਇਹ ਵੀ ਇੱਕ ਬੰਬ ਦੀ ਹੀ ਇੱਕ ਖਬਰ ਜਿਹੜੀ ਕਿ ਪੁਲਿਸ ਨੂੰ ਧਮਾਕੇ ਦੀ ਖਬਰ ਮਿਲੀ ਸੀਗੀ। ਉਹ ਤੋਂ ਬਾਅਦ ਹੀ ਪੁਲਿਸ ਵੱਲੋਂ ਜਿਹੜਾ ਐਕਸ਼ਨ ਦੇਖਦੇ ਕਰਦੇ ਹੋਏ ਜਿਹੜੀ ਕਿ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਹੈ। ਤੇ ਜੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਜਾਨੀ ਨੁਕਸਾਨ ਦੀ ਤਾਂ ਹਜੇ ਕੋਈ ਖਬਰ ਨਹੀਂ ਹੈਗੀ, ਲੇਕਿਨ ਅੰਦਰ ਜੋ ਹੈਗਾ ਘਰ ਦੇ ਵਿੱਚ ਜਿਹੜਾ ਕੋਈ ਨੁਕਸਾਨ ਹੋਇਆਗਾ, ਉਹ ਹਜੇ ਪੁਲਿਸ ਜਿਹੜੀ ਕਿ ਜਾਂਚ ਕਰ ਰਹੀ, ਕਿਉਂਕਿ ਜਿਹੜਾ ਆਸ ਪਾਸ ਦਾ ਏਰੀਆ ਕਿਸੇ ਨੂੰ ਅੰਦਰ ਜਿਹੜਾ ਹੈਗਾ ਨਾ ਹੀ ਜਾਂਚ ਕੀਤਾ ਜਾ ਰਿਹਾ, ਪੁਲਿਸ ਵੱਲੋਂ ਹਜੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ। ਪਰ ਇੱਕ ਹੋਰ ਮੁੜ ਤੋਂ ਦਲਜੀਤ, ਹੈ ਵੱਡਾ ਸਵਾਲ ਬਰਕਰਾਰ ਹੈ, ਇੱਕ ਪੌਸ਼ ਏਰੀਆ ਦੇ ਵਿੱਚ ਹੈਂਡ ਗ੍ਰਨੇਡ, ਚੰਡੀਗੜ੍ਹ ਦੇ ਵਿੱਚ ਹੈਂਡ ਗ੍ਰਨੇਡ ਲੈ ਕੇ ਕੋਈ ਦਾਖਲ ਹੁੰਦਾ ਹੈ, ਹੈਂਡ ਗ੍ਰਨੇਡ ਸੁੱਟ ਕੇ ਚੱਲ ਜਾਂਦਾ ਹੈ, ਕਿ ਪੁਲਿਸ ਵੱਲੋਂ ਹਾਲੇ ਵੀ ਇਸ ਗੱਲ ਨੂੰ ਲੈ ਕੇ ਕੋਈ ਡਾਊਟ ਬਰਕਰਾਰ ਹੈ ਕਿ ਹੋ ਸਕਦਾ ਹੈਂਡ ਗ੍ਰਨੇਡ ਨਾ ਹੋਵੇ, ਜਾਂ ਫਿਰ ਕਨਫਰਮ ਕਰ ਦਿੱਤਾ ਗਿਆ ਉੱਥੋਂ ਜਿਹੀ ਕੋਈ ਸਬੂਤ ਮਿਲੇ ਨੇ ਕਿ ਹੈਂਡ ਗ੍ਰਨੇਡ ਹੀ ਸੀ ਜਿਸ ਦੇ ਨਾਲ ਹਮਲਾ ਕੀਤਾ ਗਿਆ? ਦੇਖੋ ਹਜੇ ਤੱਕ ਜੋ ਪੁਲਿਸ ਸੂਤਰਾਂ ਤੋਂ ਇਹੀ ਪਤਾ ਲੱਗਦਾ ਵੀ ਹੈਂਡ ਗ੍ਰਨੇਡ ਨਾਲ ਜਿਹੜਾ ਹੈਗਾ ਇਹ ਹਮਲਾ ਕੀਤਾ ਗਿਆ ਹੈਗਾ। ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂ ਕਿ 10 ਸੈਕਟਰ ਦੇ ਨਾਲ ਨਾਲ 16 ਸੈਕਟਰ ਦਾ ਏਰੀਆ ਵੀ ਨੇੜੇ ਹੀ ਪੈਂਦਾ ਹੈਗਾ। ਇਹ ਸਾਰਾ ਜਿਹੜਾ ਪੌਸ਼ ਏਰੀਆ ਦਾ ਬੀ ਆਈ ਪੀ ਜਿਹੜੇ ਲੋਕ ਇੱਥੇ, ਜਿਹੜੇ ਅਫਸਰ ਵੀ ਕਈ ਇੱਥੇ ਜਿਹੜੇ ਕਿ ਰਹਿੰਦੇ ਨੇ, ਪਰ ਹੁਣ ਪੁਲਿਸ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਹੀ ਜਿਹੜਾ ਹੈਗਾ ਦੱਸੇਗੀ ਇਹ ਕੀ ਸੀਗਾ। ਤੇ ਜਿਹੜੇ ਤਿੰਨ ਵਿਅਕਤੀਆਂ ਨਾਲ ਦੱਸਿਆ ਜਾ ਰਿਹਾ ਜੀ ਆਟੋ ਦੇ ਉੱਪਰ ਆਏ ਸੀਗੇ, ਉਹਨਾਂ ਦਾ ਕੋਈ ਜੀ ਉਹਨਾਂ ਨੂੰ ਕੋਈ ਕਲੂ ਮਿਲਿਆਗਾ, ਤੇ ਬਾਕੀ ਜਿਹੜੀ ਫੈਮਿਲੀ ਹੈ ਜਿੱਥੇ ਹਮਲਾ ਆਇਆ ਉਹਦੇ ਨਾਲ ਪੁਲਿਸ ਜਿਹੜੀ ਵੀ ਜਾਂਚ ਕਰ ਰਹੀ ਹੈ ਜੀ। ਜੀ ਸਮਝਿਆ ਜਾ ਸਕਦਾ ਹੈ ਕਿ ਇੱਥੇ ਤਿੰਨ ਲੋਕਾਂ ਬਾਰੇ ਜੋ ਮੁੱਢਲੇ ਤੌਰ ਦੇ ਉੱਪਰ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਤਿੰਨ ਲੋਕ ਆਟੋ 'ਚ ਸਵਾਰ ਹੋ ਕੇ ਆਉਂਦੇ ਨੇ, ਹੈਂਡ ਗ੍ਰਨੇਡ ਸੁੱਟਦੇ ਨੇ, ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ, ਅਤੇ ਉਸ ਤੋਂ ਬਾਅਦ ਪੁਲਿਸ ਡੌਗ ਸਕੁਆਡ ਅਤੇ ਇੱਥੇ ਬੰਬ ਨਿਰੋਧਕ ਦਸਤਾ ਲਗਾਤਾਰ ਇੱਥੇ ਪੁਲਿਸ ਦੇ ਵੱਡੇ ਅਧਿਕਾਰੀ ਵੀ, ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚਦੇ ਵਿਖਾਈ ਦੇ ਰਹੇ ਨੇ। ਸੈਕਟਰ 10 'ਚੋਂ ਸਾਡੇ ਸਹਿਯੋਗੀ ਮੌਜੂਦ ਨੇ ਦਲਜੀਤ, ਲਗਾਤਾਰ ਸਾਨੂੰ ਅਪਡੇਟ ਦੇ ਰਹੇ ਨੇ, ਔਰ ਵੀਆਈਪੀ ਏਰੀਆ ਹੋਣ ਦੇ ਚਲਦਿਆਂ ਇਹ ਮਾਮਲਾ ਹੋਰ ਵੀ ਜ਼ਿਆਦਾ ਸੈਂਸਿਟਿਵ, ਹੋਰ ਵੀ ਜ਼ਿਆਦਾ ਸੰਵੇਦਨਸ਼ੀਲ ਹੋ ਜਾਂਦਾ। ਦਲਜੀਤ, ਕੋਈ ਵੀ ਹੋਰ ਅਪਡੇਟ ਇਸ ਸਮੇਂ ਦੌਰਾਨ ਹੁਣ ਤੱਕ ਜੋ ਨਿਕਲ ਕੇ ਸਾਹਮਣੇ ਆਈ ਜੋ ਤੁਸੀਂ ਸਾਂਝੀ ਕਰਨਾ ਚਾਹੋ? ਦੇਖੋ ਫਿਲਹਾਲ ਤਾਂ ਇਸ ਮਾਮਲੇ ਨੂੰ ਲੈ ਕੇ ਹਜੇ ਤੱਕ ਕੁਛ ਕਿਹਾ ਨਹੀਂ ਜਾ ਸਕਦਾ, ਕਿਉਂਕਿ ਹਜੇ ਪੁਲਿਸ ਜਿਹੜੀ ਕਿ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣ ਤੋਂ ਬਾਅਦ ਹੀ ਜੋ ਗੱਲ ਆਏਗੀ ਉਹ ਸਾਹਮਣੇ ਆਏਗੀ, ਇਸ ਤੋਂ ਬਾਅਦ ਹੀ ਜਿਹੜਾ ਹੈਗਾ ਪੁਲਿਸ ਇਸ ਪੂਰੇ ਮਾਮਲੇ ਨੂੰ ਜਿਹੜਾ ਹੈਗਾ ਦੱਸੇਗੀ ਕਿ ਕੀ ਸੀਗਾ ਇਹ, ਤੇ ਕਿਹੜੇ ਵਿਅਕਤੀ ਜਿਹੜੇ ਆਏ ਸੀਗੇ
ਜਾਣ ਤੋਂ ਬਾਅਦ ਇਹ ਜਿਹੜੀਆਂ ਸਾਹਮਣੇ ਆਉਣਗੀਆਂ। ਪਰ ਕੋਈ ਵੀ ਕਨੈਕਸ਼ਨ ਕਿਸੇ ਢੰਗ ਦੇ ਨਾਲ ਇਸਟੈਬਲਿਸ਼ ਕੀਤਾ ਜਾਂਦਾ ਹੋਵੇ ਪੁਲਿਸ ਸੂਤਰਾਂ ਦੇ ਮੁਤਾਬਕ, ਕਿ ਆਖਰਕਾਰ ਕਨੈਕਸ਼ਨ ਕੀ ਹੋ ਸਕਦਾ, ਕੀ ਆਖਰਕਾਰ ਮੋਟਿਵ ਹੋ ਸਕਦਾ ਵਾ ਇਸ ਧਮਾਕੇ ਦਾ? ਦੇਖੋ ਅਮਿਤ, ਮੈਂ ਜਿਵੇਂ ਤੁਹਾਨੂੰ ਕਹਿ ਪਾਇਆ, ਇਹ ਕਹਿਣਾ ਬਹੁਤ ਜਲਦਬਾਜ਼ੀ ਹੋਈ ਕਨੈਕਸ਼ਨ ਹੋ ਸਕਦਾ, ਕਿਉਂਕਿ ਹਜੇ ਜਾਂਚ ਚੱਲ ਰਹੀ ਹੈ, ਜਾਂਚ ਤੋਂ ਬਾਅਦ ਹੀ ਜਿਹੜੀਆਂ ਗੱਲਾਂ ਸਾਰੀਆਂ ਇਹ ਕਲੀਅਰ ਹੋਣਗੀਆਂ। ਤੇ ਉੱਥੇ ਹਾਲਾਤ ਕੀ ਹੈ ਇਸ ਵੇਲੇ ਦਲਜੀਤ, ਤੁਸੀਂ ਮੌਕੇ ਤੇ ਮੌਜੂਦ ਹੋ, ਕੀ ਹਾਲਾਤ ਬਣਦੇ ਤੁਸੀਂ ਵੇਖ ਪਾ ਰਹੇ ਹੋ? ਦੇਖੋ ਜਿਵੇਂ ਜੀ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜਾ ਹਮਲਾ ਹੋਇਆ ਗਾ, ਇਹ ਸੈਕਟਰ 10 ਦਾ ਇੱਕ ਪੌਸ਼ ਏਰੀਆ ਗਾ, ਇਹਨੂੰ ਲੈ ਕੇ ਜਿਹੜੇ ਆਸ ਪਾਸ ਦੇ ਲੋਕ ਹੈ ਸਹਿਮੇ ਹੋਏ ਨੇ, ਆਸ ਪਾਸ ਦੇ ਲੋਕਾਂ ਦੀ ਵੀ ਹੈਰਾਨ ਨੇ ਕਿ ਇਸ ਏਰੀਏ ਦੇ ਵਿੱਚ ਇਸ ਤਰ੍ਹਾਂ ਦਾ ਕਿਹੜਾ, ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਹੋਈ ਹੈ, ਇਸ ਤਰ੍ਹਾਂ ਦੀ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲੀ ਇਸ ਏਰੀਏ ਦੇ ਵਿੱਚ, ਹੁਣ ਇਹਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਸਹਿਮੇ ਹੋਏ ਨੇ, ਤੇ ਹੁਣ ਪੁਲਿਸ ਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਸ ਪਾਸ ਦਾ ਏਰੀਆ ਪਹਿਲਾਂ ਹੀ ਜਿਹੜਾ ਸੀਲ ਕਰ ਚੁੱਕੀ ਹੈ। ਬਿਲਕੁਲ, ਬਾਕੀ ਜੀ ਸਮਝਿਆ ਜਾ ਸਕਦਾ ਕਿ ਮਾਮਲਾ ਕਾਫੀ ਜ਼ਿਆਦਾ ਸੈਂਸਿਟਿਵ ਹੈ, ਹਾਲਾਂਕਿ ਕੋਈ ਵੀ ਡਿਵੈਲਪਮੈਂਟ ਇੱਥੇ ਹੋਵੇਗੀ ਤਾਂ ਪੁਲਿਸ ਵੀ ਉਸ ਚੀਜ਼ ਨੂੰ ਪੂਰੀ ਤਰ੍ਹਾਂ ਵੈਰੀਫਾਈ ਕਰੇਗੀ, ਉਸ ਤੋਂ ਬਾਅਦ ਹੀ ਮੀਡੀਆ ਦੇ ਵਿੱਚ ਇਸ ਚੀਜ਼ ਨੂੰ ਅੱਗੇ ਫਾਰਵਰਡ ਕੀਤਾ ਜਾਵੇਗਾ, ਕਿਉਂਕਿ ਮਾਮਲਾ ਕਾਫੀ ਜ਼ਿਆਦਾ ਸੰਵੇਦਨਸ਼ੀਲ ਹੈ, ਕਾਫੀ ਜ਼ਿਆਦਾ ਸੈਂਸਿਟਿਵ ਹੈ। ਦਲਜੀਤ, ਤੁਸੀਂ ਬਣੇ ਰਹੋ ਸਾਡੇ ਨਾਲ, ਐਸ ਏ ਵਿਚਾਲੇ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਜੀ, ਆਹ CCTV ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ, ਇਸ CCTV ਤਸਵੀਰਾਂ ਦੇ ਵਿੱਚ ਕੀ ਕੁਝ ਵਿਖਾਈ ਦੇ ਰਿਹਾ, ਇੱਕ ਵਾਰ ਤੁਸੀਂ ਇਹ ਵੀਡੀਓ ਵੇਖੋ, ਫਿਰ ਤੁਹਾਨੂੰ ਦੱਸਾਂਗੇ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਅਪਡੇਟ। ਹਰੇ ਰੰਗ ਦਾ ਇੱਕ ਆਟੋ ਨਜ਼ਰ ਆ ਰਿਹਾ CCTV ਤਸਵੀਰਾਂ ਦੇ ਵਿੱਚ, ਤੇ ਉਸ ਤੋਂ ਬਾਅਦ ਇੱਕ ਧਮਾਕੇ ਦੀ ਆਵਾਜ਼ ਅਤੇ ਕੁਝ ਚਿੰਗਿਆੜੀਆਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ। ਜੀ ਹਾਂ, ਇੱਕ ਲਾਲ ਰੰਗ ਦੀ ਗੱਡੀ ਇਸ ਆਟੋ ਦੇ ਸਾਹਮਣੇ ਆਉਂਦੀ ਵੀ ਹੈ, ਪਰ ਆਟੋ ਸਾਈਡ ਤੋਂ ਕੱਢ ਲਿਆ ਜਾਂਦਾ, ਬੜੀ ਤੇਜ਼ੀ ਦੇ ਨਾਲ ਨਿਕਲਣ ਦੀ ਕੋਸ਼ਿਸ਼ ਕੀਤੀ ਗਈ ਹੈ, ਚਿੰਗਿਆੜੀਆਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ। ਉਸ ਤੋਂ ਬਾਅਦ ਇੱਥੋਂ ਆਟੋ ਸਵਾਰ ਫਰਾਰ ਹੋ ਜਾਂਦੇ ਨੇ। ਸਾਹਮਣੇ ਇੱਕ ਲਾਲ ਗੱਡੀ ਜਦ ਅਚਾਨਕ ਯਕਦਮ ਆ ਜਾਂਦੀ ਹੈ ਤਾਂ ਰੁਕਣ ਦੀ ਬਜਾਏ ਸਾਈਡ ਤੋਂ ਆਟੋ ਘੁਮਾ ਕੇ ਇਹ ਆਟੋ ਵਾਲਾ ਇੱਥੋਂ ਕੱਢ ਕੇ ਲੈ ਜਾਂਦਾ ਹੈ। ਅਤੇ ਐਕਸਕਲੂਸਿਵ CCTV ਤਸਵੀਰਾਂ ਟੀਵੀ ਸਕਰੀਨ ਦੇ ਉੱਪਰ, ਜੀ ਹਾਂ, ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਧਮਾਕਾ ਹੋਇਆ। ਮੁੱਢਲੀ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਇੱਥੇ ਧਮਾਕਾ ਖੇਜ ਸਮੱਗਰੀ ਸੁੱਟੀ ਗਈ ਹੈ, ਹਾਲਾਂਕਿ ਇਹ ਹੈਂਡ ਗ੍ਰਨੇਡ ਸੀ ਜਾਂ ਫਿਰ ਕੋਈ ਹੋਰ ਸਮੱਗਰੀ ਸੀ, ਇਸ ਬਾਰੇ ਹੋਰ ਜ਼ਿਆਦਾ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੋਵੇਗੀ ਮੁੱਢਲੇ ਤੌਰ ਤੇ ਜੋ ਸੂਤਰਾਂ ਤੋਂ ਜਾਣਕਾਰੀ ਮਿਲ ਪਾ ਰਹੀ ਹੈ ਉਸ ਮੁਤਾਬਕ ਹੈਂਡ ਗ੍ਰਨੇਡ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਲੋ ਇੰਟੈਂਸਿਟੀ ਬਲਾਸਟ ਇੱਥੇ ਵੇਖਿਆ ਜਾ ਸਕਦਾ, ਕੁਝ ਚਿੰਗਿਆੜੀਆਂ ਨਿਕਲਦੀਆਂ ਨਜ਼ਰ ਆ ਰਹੀਆਂ ਨੇ, ਉਸ ਤੋਂ ਬਾਅਦ ਆਟੋ ਚਾਲਕ ਉੱਥੋਂ ਫਰਾਰ ਹੋ ਜਾਂਦਾ ਹੈ। ਤਿੰਨ ਆਟੋ ਸਵਾਰ ਦੱਸੇ ਜਾ ਰਹੇ ਨੇ, ਇਹ ਆਟੋ ਹਰੇ ਰੰਗ ਦਾ ਜਿਹੜਾ ਅਮੂਮਨ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਪਰ ਦੌੜਦਾ ਨਜ਼ਰ ਆਉਂਦਾ, ਚੰਡੀਗੜ੍ਹ ਦੀ ਸੈਕਟਰ 10 ਦੀ ਕੋਠੀਆਂ ਦਾ ਇਹ ਦ੍ਰਿਸ਼, ਇਹ ਨਜ਼ਾਰਾ, ਇਹ ਤਸਵੀਰਾਂ। ਜੀ ਹਾਂ, ਇਹ ਤਸਵੀਰਾਂ ਸੈਕਟਰ 10 ਦੇ ਉਸੇ ਇਲਾਕੇ ਦੀਆਂ ਨੇ, ਅਤੇ ਫਰੰਟ ਤੇ ਗਲੀ ਦੇ ਬਾਹਰ ਫਰੰਟ ਤੇ ਲੱਗੇ ਕੈਮਰੇ ਦੇ ਵਿੱਚ ਜੋ ਤਸਵੀਰਾਂ ਕੈਦ ਹੋਈਆਂ ਉਹ ਤੁਹਾਡੇ ਟੀਵੀ ਸਕਰੀਨ ਦੇ ਉੱਪਰ ਤੁਸੀਂ ਵੇਖ ਪਾ ਰਹੇ ਹੋ। ਜੀ ਹਾਂ, ਇੱਥੇ ਆਟੋ ਨਿਕਲਣ ਤੋਂ ਪਹਿਲਾਂ ਜਿਹੜਾ ਧਮਾਕਾ ਸੁਣਾਈ ਦਿੰਦਾ, ਜਿਹੜੀਆਂ ਚੰਗਿਆੜੀਆਂ ਨਿਕਲਦੀਆਂ ਵਿਖਾਈ ਦੇ ਰਹੀਆਂ ਨੇ, ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਇੱਕ ਲੋ ਇੰਟੈਂਸਿਟੀ ਬਲਾਸਟ ਸੀ, ਹਾਲਾਂਕਿ ਇਸ ਦਾ ਮਕਸਦ ਕਿਸੇ ਨੂੰ ਡਰਾਉਣਾ ਧਮਕਾਉਣਾ ਸੀ ਜਾਂ ਫਿਰ ਕੋਈ ਸੰਦੇਸ਼ ਪਹੁੰਚਾਉਣਾ ਜਾਂ ਫਿਰ ਕਿਸੇ ਨੂੰ ਜਾਨੋ ਮਾਰਨਾ। ਜਲਦ ਹੀ ਮੁਲਜ਼ਮ ਫੜੇ ਜਾਣਗੇ, ਇਸ ਗੱਲ ਦਾ ਭਰੋਸਾ ਜ਼ਰੂਰ ਪੁਲਿਸ ਵੱਲੋਂ ਦਵਾਇਆ ਜਾ ਰਿਹਾ। ਪਰ ਆਟੋ ਸਵਾਰ ਇੱਕ ਸ਼ਖਸ ਨਿਕਲ ਕੇ ਇੱਥੇ ਕੁਝ ਧਮਾਕਾ ਖੇਜ ਸਮੱਗਰੀ ਸੁੱਟਦਾ, ਚਿੱਟੀ ਟੀ ਸ਼ਰਟ ਵਿੱਚ ਉਹ ਸ਼ਖਸ ਭੱਜਦਾ ਹੋਇਆ ਫਿਰ ਇਸ ਆਟੋ ਦੇ ਵਿੱਚ ਬੈਠ ਜਾਂਦਾ, ਅਤੇ ਫਿਰ ਆਟੋ ਤੇਜ਼ੀ ਦੇ ਨਾਲ ਉੱਥੋਂ ਨਿਕਲਦਾ ਵਿਖਾਈ ਦੇ ਰਿਹਾ। ਸੈਕਟਰ 10 ਇਲਾਕੇ ਦੇ ਵਿੱਚ ਧਮਾਕੇ ਦੀ ਖਬਰ ਹੈ। ਜੀ ਹਾਂ, ਚੰਡੀਗੜ੍ਹ ਦਾ ਸੈਕਟਰ 10 ਪੌਸ਼ ਇਲਾਕਾ। ਆਖਿਰਕਾਰ ਕੌਣ ਸੀ ਉਹ ਸ਼ਖਸ ਜਿਨ੍ਹਾਂ ਨੇ ਇਹ ਧਮਾਕਾ ਕੀਤਾ, ਕੌਣ ਸੀ ਉਹ ਹਮਲਾਵਰ ਜਿਹੜੇ ਕਿ ਇੰਨੀ ਜ਼ੋਰਤ ਲੈ ਕੇ ਬੈਠੇ ਸੀ ਕਿ ਚੰਡੀਗੜ੍ਹ ਵਰਗੀ ਸਿਟੀ ਦੇ ਵਿੱਚ ਜਿਹੜੀ ਕਿ ਇੱਕ ਸਭ ਤੋਂ ਸਿਕਿਓਰ ਸਿਟੀ ਮੰਨੀ ਜਾਂਦੀ ਹੈ, ਸੁਰੱਖਿਆ ਦੇ ਲਿਹਾਜ਼ ਦੇ ਨਾਲ ਚੰਡੀਗੜ੍ਹ ਬੜੀ ਸੇਫ ਐਂਡ ਸਿਕਿਓਰ ਮੰਨੀ ਜਾਂਦੀ ਹੈ,
ਪਰ ਉੱਥੇ ਧਮਾਕਾ ਕਰਕੇ ਇਹ ਫਰਾਰ ਹੋ ਜਾਂਦੇ ਨੇ ਮੁਲਜ਼ਮ। ਵਾਕਈ 'ਚ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ। ਦਲਜੀਤ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਦਲਜੀਤ, ਤਸਵੀਰਾਂ ਦੇ ਵਿੱਚ ਅਸੀਂ ਵੇਖ ਪਾ ਰਹੇ ਹਾਂ ਇੱਥੇ ਹਰੇ ਰੰਗ ਦੇ ਇੱਕ ਆਟੋ ਦੇ ਵਿੱਚ ਮੁਲਜ਼ਮ ਧਮਾਕਾ ਖੇਜ ਸਮੱਗਰੀ ਸੁੱਟਦੇ ਨੇ, ਚਿੰਗਿਆੜੀਆਂ ਨਿਕਲਦੀਆਂ ਨੇ ਅਤੇ ਮੁਲਜ਼ਮ ਫਰਾਰ ਹੋ ਜਾਂਦੇ ਨੇ। ਦੂਜੇ ਪਾਸੇ ਫੋਰੈਂਸਿਕ ਟੀਮ ਵੀ ਇੱਥੇ ਮੌਕੇ 'ਤੇ ਪਹੁੰਚਦੀ ਵਿਖਾਈ ਦੇ ਰਹੀ ਹੈ। ਕੀ ਕੁਝ ਅਪਡੇਟ ਹੈ ਇਸ ਪੂਰੇ ਮਾਮਲੇ ਦੇ ਵਿੱਚ? ਬਿਲਕੁਲ ਬਿਲਕੁਲ ਅਮਿਤ, ਦੇਖੋ ਜਿਹੜੀ ਸੀਸੀਟੀਵੀ ਹੈ ਇਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਕਿਸ ਤਰੀਕੇ ਨਾਲ ਆਟੋ ਆਉਂਦਾ ਅਤੇ ਆਟੋ ਦੇ ਵਿੱਚ ਇੱਕ ਵਿਅਕਤੀ ਜਿਹੜਾ ਹੈਗਾ ਚਿੱਟੀ ਸ਼ਰਟ ਪਾਈ ਹੋਈ ਹੈ ਉਹ ਆਉਂਦਾ ਅਤੇ ਭੱਜ ਕੇ ਜਿਹੜਾ ਹੈਗਾ ਪਿੱਛਾ ਹੈਗਾ। ਇਹ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾਂਦਾ ਕਿ ਆਟੋ ਦੇ ਵਿੱਚ ਜਿਹੜੇ ਵਿਅਕਤੀ ਆਏ ਉਹਨਾਂ ਵੱਲੋਂ ਜਿਹੜਾ ਹੈਗਾ ਇਹ ਹਮਲਾ ਕੀਤਾ ਗਿਆ ਹੈਗਾ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਜੋ ਪੁਲਿਸ ਸੂਤਰਾਂ ਨੂੰ ਪਤਾ ਲੱਗਾ ਤਿੰਨ ਵਿਅਕਤੀ ਦੱਸਿਆ ਜਾ ਰਿਹਾ ਕਿ ਆਟੋ ਦੇ ਵਿੱਚ ਆਏ ਸੀਗੇ, ਉਹਨਾਂ ਵੱਲੋਂ ਇਹ ਘਰ ਦੇ ਵਿੱਚ ਜਿਹੜਾ ਹੈਗਾ ਹਮਲਾ ਕੀਤਾ ਗਿਆ ਹੈਗਾ। ਮੌਕੇ ਦੇ ਉੱਪਰ CFSL ਹੋਰ ਜਿਹੜੇ ਹੈਗੇ ਆ ਖੁਫੀਆ ਏਜੰਸੀਆਂ ਜਿਹੜੀਆਂ ਟੀਮਾਂ ਗੀਆਂ ਉਹ ਵੀ ਮੌਕੇ ਦੇ ਉੱਪਰ ਪਹੁੰਚੀਆਂ ਹੋਈਆਂ ਨੇ। ਇਹ ਪੂਰੇ ਹੁਣ ਮਾਮਲੇ ਦੀ ਜਿਹੜੀ ਵੀ ਜਾਂਚ ਕਰ ਰਹੀਆਂ ਨੇ ਤੇ ਜਿਹੜੇ ਹੋਰ ਇਹਦੇ ਨਾਲ ਨਾਲ ਜਿਹੜੇ ਹੋਰ ਆਸ ਪਾਸ ਜਿਹੜੇ ਰੂਟ ਬਣਦਾ ਆਟੋ ਜਿੱਥੋਂ ਆਇਆ ਜਿੱਥੋਂ ਗਿਆ ਉਹ ਸਾਰਾ ਏਰੀਆ ਪੁਲਿਸ ਵੱਲੋਂ ਜਿਹੜਾ ਹੈਗਾ ਉਹਦੀ ਜਾਂਚ ਕਰ ਰਹੀ ਆ। ਸਾਰੀ ਏਰੀਏ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ, CCTV ਕੈਮਰੇ ਲੱਗੇ ਨੇ, ਉਹਨਾਂ ਨੂੰ ਜਿਹੜੇ ਹੈਗਾ ਪੁਲਿਸ ਵਾਚ ਰਹੀ ਹੈਗੀ। ਪਰ ਹਜੇ ਤੱਕ ਜੋ ਹੈਗਾ ਕੀ ਹੋ ਸਕਦਾ ਹੈਗਾ ਕਿ ਇਹਦੀ ਜਿਹੜਾ ਜਿਹਦੇ ਘਰ ਸਿੱਟਿਆ ਗਿਆ ਇਹ ਗ੍ਰਨੇਡ ਇਹਦਾ ਕੀ ਦੁਸ਼ਮਣੀ ਸੀਗੀ ਇਹ ਹੁਣ ਜਿਹੜਾ ਹੈਗਾ ਜਾਣ ਤੋਂ ਬਾਅਦ ਹੀ ਜਿਹੜਾ ਹੈਗਾ ਚੀਜ਼ਾਂ ਸਾਹਮਣੇ ਆਉਣਗੀਆਂ। ਤੇ ਜਿਹੜੀਆਂ ਚਿੰਗਿਆਲੀਆਂ ਨਿਕਲਦੀਆਂ ਅਸੀਂ ਵੇਖ ਪਾ ਰਹੇ ਹਾਂ ਦਲਜੀਤ, ਜਿਹੜਾ ਧਮਾਕਾ ਹੁੰਦਾ ਵਿਖਾਈ ਦੇ ਰਿਹਾ। ਇੱਕ ਗੱਲ ਇੱਥੋਂ ਜ਼ਰੂਰ ਗੈਸ ਕੀਤੀ ਜਾ ਸਕਦੀ ਹੈ ਕਿ ਇੱਕ ਲੋ ਇੰਟੈਂਸਿਟੀ ਬਲਾਸਟ ਸੀ, ਇਸ ਗੱਲ ਦਾ ਕੀ ਅੰਦਾਜ਼ਾ ਨਿਕਲਿਆ ਜਾ ਸਕਦਾ ਹੈ? ਕਿ ਹਾਲਾਂਕਿ ਸਾਰੀਆਂ ਗੱਲਾਂ ਹਰੇ ਕਿਆਸ ਰਹੀਆਂ ਹੀ ਨੇ ਕਿ ਆਖਿਰਕਾਰ ਕਿਉਂ ਕੀਤਾ ਗਿਆ, ਕੌਣ ਸੀ ਹਮਲਾਵਰ, ਆਖਿਰਕਾਰ ਕੀ ਮੰਸ਼ਾ ਸੀ, ਪਰ ਲੋ ਇੰਟੈਂਸਿਟੀ ਬਲਾਸਟ ਕੀਤਾ ਗਿਆ ਇੱਥੇ। ਸ਼ਾਇਦ ਮਕਸਦ ਕਿਸੇ ਨੂੰ ਜਾਨੋਂ ਮਾਰਨਾ ਨਹੀਂ, ਮਕਸਦ ਇੱਥੇ ਕੋਈ ਧਮਕੀ ਦੇਣ ਦਾ ਸਮਝਿਆ ਜਾ ਸਕਦਾ ਹੈ। ਮੁੱਢਲੇ ਤੌਰ 'ਤੇ ਕੀ ਸਮਝ ਆਉਂਦਾ ਹੈ ਇਸ CCTV ਤਸਵੀਰਾਂ ਵੇਖ? ਦੇਖੋ ਬਿਲਕੁਲ ਜੋ ਇਹ ਹਮਲਾ ਹੋਇਆ ਇਹਨੂੰ ਲੈ ਕੇ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਨੂੰ ਜਾਨੋਂ ਮਾਰਨ ਦੀ ਇਹ ਸੀਗਾ ਜਾਂ ਕਿਸੇ ਨੂੰ ਧਮਕੀ ਦੇਣ ਦਾ ਸੀਗਾ, ਕਿਉਂਕਿ ਇਹ ਜਾਂਚ ਦਾ ਵਿਸ਼ਾ ਹੈਗਾ। ਜਾਂਚ ਦੇ ਵਿੱਚ ਇਹ ਸਾਹਮਣੇ ਆਏਗਾ ਕਿ ਇੱਕ ਬੰਦੇ ਸਿਰਫ ਧਮਕਾਉਣ ਹੀ ਆਏ ਸੀਗੇ ਜਾਂ ਫਿਰ ਇਹ ਕਿਸੇ ਨੂੰ ਮਾਰਨ ਆਏ ਸੀਗੇ। ਸੋ ਇਹ ਜਿਵੇਂ ਕਿ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਵਿਸਫੋਟ ਹੋਇਆ ਗਾ ਅਤੇ ਚਿੰਗਿਆਰੀਆਂ ਉੱਠੀਆਂ ਨਜ਼ਰ ਆ ਰਹੀਆਂ ਨੇ। ਪਰ ਇਹ ਤਾਂ ਹੁਣ ਜਿਹੜਾ ਕਿੰਨਾ ਕਿਹੜਾ ਸੀਗਾ ਇਹ ਗ੍ਰਨੇਡ ਸੀਗਾ ਇਹ ਜਾਂਚ ਤੋਂ ਬਾਅਦ CFSL ਜਾਂਚੇਗੀ ਤੋਂ ਬਾਅਦ ਹੀ ਜਿਹੜਾ ਹੈਗਾ ਸਾਹਮਣੇ ਹੋਏਗਾ ਸਾਹਮਣੇ ਆਏਗਾ। ਪਰ ਜੋ ਹੁਣ ਦੱਸਿਆ ਜਾ ਰਿਹਾ ਕਿ ਹੁਣ ਆਸ ਪਾਸ ਦਾ ਏਰੀਆ ਜਿਹੜਾ ਹੈਗਾ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਅਤੇ ਪੁਲਿਸ ਵਿੱਚ ਜਿਹੜੇ ਕਿ 575 ਨੰਬਰ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਤੋਂ ਨਾਲ ਜਿਹੜੀ ਕਿ ਪੁਲਿਸ ਜਿਹੜੀ ਕਿ ਪੁੱਛਗਿੱਛ ਕਰ ਰਹੀ ਹੈ। ਲਗਾਤਾਰ ਇੱਥੇ ਪੁਲਿਸ ਦੀ ਮੂਵਮੈਂਟ ਵੀ ਵੱਧਦੀ ਵਿਖਾਈ ਦੇ ਰਹੀ ਹੈ, ਲਗਾਤਾਰ ਵੱਖ ਵੱਖ ਟੀਮਾਂ ਵੀ ਇੱਥੇ ਪਹੁੰਚਦੀਆਂ ਅਸੀਂ ਵੇਖ ਪਾ ਰਹੇ ਹਾਂ। ਟੀਵੀ ਸਕਰੀਨਸ ਉੱਪਰ ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਲਗਾਤਾਰ ਇਸ ਪੂਰੇ ਏਰੀਏ ਨੂੰ ਕੋਟਨ ਆਫ ਕੀਤਾ ਜਾ ਰਿਹਾ, ਸੀਲ ਕੀਤਾ ਜਾ ਰਿਹਾ। ਪੁਲਿਸ ਦੀ ਮੁਸਤੈਦੀ ਇੱਥੇ ਵੱਧਦੀ ਵਿਖਾਈ ਦੇ ਰਹੀ ਹੈ। ਔਰ CCTV ਤਸਵੀਰਾਂ ਇੱਕ ਵਾਰ ਮੁੜ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਵਿਖਾਉਣਾ ਚਾਹਾਂਗੇ। ਜੀ ਹਾਂ, CCTV ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿ ਆਟੋ ਸਵਾਰ ਇਹ ਮੁਲਜ਼ਮ ਕੁਝ ਧਮਾਕਾ ਖੇਜ ਸਮੱਗਰੀ ਸੁੱਟਦੇ ਨੇ, ਉਸ ਤੋਂ ਬਾਅਦ ਚਿੰਗਿਆੜੀਆਂ ਨਿਕਲਦੀਆਂ ਨੇ ਅਤੇ ਆਟੋ ਲੈ ਕੇ ਫਰਾਰ ਹੋ ਜਾਂਦੇ ਨੇ। ਅਤੇ ਉਸ ਤੋਂ ਬਾਅਦ ਜੋ ਗੱਲ ਨਿਕਲ ਕੇ ਸਾਹਮਣੇ ਆਈ ਹੈ, ਫਿਲਹਾਲ ਹਲੇ ਕੁਝ ਵੀ ਕਹਿਣਾ ਜਲਦਬਾਜ਼ੀ ਜ਼ਰੂਰ ਹੋਵੇਗੀ, ਪਰ ਜਿਸ ਥਾਂ ਦੇ ਉੱਪਰ ਧਮਾਕਾ ਹੋਇਆ ਫਰੰਟ ਕੈਮਰਾ ਗਲੀ ਦੇ ਵਿੱਚੋਂ ਬਾਹਰ ਨਿਕਲਦੀ ਕੋਠੀ ਦੇ ਵਿੱਚ ਜਿਹੜਾ ਬਾਹਰਲੇ ਪਾਸੇ ਕੈਮਰਾ ਲੱਗਿਆ ਸੀ ਉਸ ਦੇ ਵਿੱਚ ਜਿਹੜੀਆਂ ਤਸਵੀਰਾਂ ਕੈਪਚਰ ਹੋਈਆਂ ਨੇ ਉਹਨਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਕਿ ਇਹ ਆਟੋ ਦੇ ਵਿੱਚ ਆਏ ਸੀ ਬਦਮਾਸ਼, ਇਹ ਆਟੋ ਦੇ ਵਿੱਚ ਆਏ ਸੀ ਹਮਲਾਵਰ ਕੁਝ ਧਮਾਕਾ ਖੇਜ ਸਮੱਗਰੀ ਸੁੱਟਦੇ ਨੇ ਅਤੇ ਉਸ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਦੇ ਲਈ ਹੁਣ ਇੱਕ ਵੱਡਾ ਚੈਲੰਜ ਹੈ, ਵੱਡੀ ਇੱਕ ਚੁਣੌਤੀ ਹੈ ਕਿ ਆਖਿਰਕਾਰ ਕਿਸਨੇ ਪੁਲਿਸ ਨੂੰ ਵੰਗਾਰਿਆ, ਚੰਡੀਗੜ੍ਹ ਪੁਲਿਸ ਨੂੰ ਵੰਗਾਰਨ ਦੀ ਜ਼ਰੂਰਤ ਕਿਸਨੇ ਕੀਤੀ ਹੈ। ਮੰਨਿਆ ਜਾ ਸਕਦਾ ਹੈ ਕਿ ਇੱਥੋਂ ਹੁਣ ਜਾਂਚ ਹੋਰ ਜ਼ਿਆਦਾ ਤੇਜ਼ ਕੀਤੀ ਜਾਵੇਗੀ, ਕਿਉਂਕਿ CCTV ਤਸਵੀਰਾਂ ਪੁਲਿਸ ਦੇ ਹੱਥ ਲੱਗ ਚੁੱਕੀਆਂ ਨੇ ਅਤੇ ਆਟੋ ਨੰਬਰ ਵੀ ਪੁਲਿਸ ਜਲਦ ਹੀ ਟਰੇਸ ਕਰ ਲਵੇਗੀ, ਇਸ ਗੱਲ ਦਾ ਵੀ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਪਰ ਕੀ ਸਮਝਿਆ ਜਾਵੇ ਦਿਲਜੀਤ, ਚੰਡੀਗੜ੍ਹ ਦੇ ਵਿੱਚ
ਲੰਬਾ ਸਮਾਂ ਹੋ ਗਿਆ ਤੁਹਾਨੂੰ ਵੀ ਰਿਪੋਰਟਿੰਗ ਕਰਦਿਆਂ ਹੋਇਆਂ ਅਜਿਹੀ ਵਾਰਦਾਤ। ਹਾਲਾਂਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਰਹੇ ਨੇ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀਆਂ ਜਿਹੜੀਆਂ ਚੀਜ਼ਾਂ ਡਗਮਗਾਈਆਂ ਨਜ਼ਰ ਆਉਂਦੀਆਂ ਨੇ, ਰਾਜਧਾਨੀ ਦੇ ਵਿੱਚ ਅਜਿਹਾ ਜਿਹੇ ਢੰਗ ਦੇ ਨਾਲ ਗ੍ਰਨੇਡ ਹਮਲਾ ਹੋਣਾ ਵਾਕਈ ਚ ਵੱਡੀ ਜੁਰਤ ਹੈ ਮੁਲਜ਼ਮਾਂ ਦੀ। ਬਿਲਕੁਲ, ਦੇਖੋ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪੁਲਿਸ ਵੱਲੋਂ ਦਾਅਵੇ ਕੀਤੇ ਜਾਂਦੇ ਨੇ, ਹਰ ਮੋੜ ਦੇ ਉੱਪਰ ਜਿਹੜੀ ਕਿ PCR ਖੜੀ ਹੁੰਦੀ ਹੈ, ਹਰ ਲਾਈਟ ਪੁਆਇੰਟ ਦੇ ਉੱਪਰ ਜਿਹੜੇ ਕਿ ਜਿੰਨੇ ਵੀ ਹੈਗੇ ਲਾਈਟ ਪੁਆਇੰਟ ਉਹਨਾਂ ਦੇ ਉੱਪਰ ਚੱਪੇ ਚੱਪੇ ਦੇ ਉੱਪਰ ਜਿਹੜੇ ਹੈਗਾ CCTV ਕੈਮਰੇ ਵੀ ਲੱਗੇ ਹੋਏ ਨੇ। ਪਰ ਹੁਣ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਹੋਏਗਾ ਕਿ ਇਹਨਾਂ ਆਟੋ ਵਾਲਿਆਂ ਨੂੰ ਲੱਭਣਾ, ਜਿਹੜਾ ਆਟੋ ਕਿਸ ਤਰੀਕੇ ਨਾਲ ਕਿੱਥੋਂ ਆਇਆ ਤੇ ਕਿੱਥੋਂ ਭੱਜ ਕੇ ਗਿਆ। ਇਹ ਹੁਣ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਲਈ ਇੱਕ ਬਹੁਤ ਵੱਡੀ ਜਿਹੜੀ ਚੁਣੌਤੀ ਹੈ, ਕਿਉਂਕਿ ਅਕਸਰ ਜਿਹੜੇ ਕੈਮਰੇ ਆ, ਤੁਹਾਨੂੰ ਪਤਾ ਹੀ ਹੋਗਾ ਜਿਹੜੇ ਚੰਡੀਗੜ੍ਹ ਦੇ ਵਿੱਚ ਲਾਈਟਾਂ ਦੇ ਉੱਪਰ ਕੈਮਰੇ ਲੱਗੇ, ਅਕਸਰ ਹੁਣ ਤੱਕ ਕਰੋੜਾਂ ਰੁਪਏ ਦੇ ਜਿਹੜੇ ਕਿ ਚਲਾਨ ਜਿਹੜੇ ਕਿ ਪੁਲਿਸ ਜਿਹੜੀ ਕਿ ਇਹਨਾਂ ਕੈਮਰਿਆਂ ਰਾਹੀਂ ਕਰ ਚੁੱਕੀ ਹੈ। ਪਰ ਹੁਣ ਦੇਖਣਾ ਹੋਏਗਾ ਕਿ ਇਹਨਾਂ ਮੁਜਰਮ ਜਿਹੜੇ ਭੱਜੇ ਨੇ ਆਟੋ ਵਾਲੇ, ਇਹਨਾਂ ਨੂੰ ਪਕੜਨ ਦੇ ਵਿੱਚ ਕਿੰਨੇ ਕੁ ਇਹ ਜਿਹੜੇ ਕੈਮਰੇ ਜਿਹੜੇ ਕਿ ਸਹਾਇਕ ਹੁੰਦੇ ਨੇ, ਕਿੰਨੇ ਕੁ ਇਹਨਾਂ ਦੇ ਕਾਮਯਾਬ ਹੁੰਦੇ ਨੇ ਕੈਮਰੇ ਜਿਹੜੇ ਲੱਗੇ ਨੇ ਚੱਪੇ ਚੱਪੇ ਦੇ ਉੱਪਰ। ਹੁਣ ਇੱਕ ਚੰਡੀਗੜ੍ਹ ਪੁਲਿਸ ਵੱਲ ਇਹ ਇੱਕ ਵੱਡੀ ਚੁਣੌਤੀ ਹੈ। ਹਾਂ, ਇਹ ਹਮਲਾ ਜਿਹੜਾ ਅਮਿਤ ਹੋਇਆ ਚੰਡੀਗੜ੍ਹ ਦੇ ਵਿੱਚ, ਇਸ ਤਰ੍ਹਾਂ ਦਾ ਹਮਲਾ ਕਿਸੇ ਘਰ ਦੇ ਵਿੱਚ ਪਹਿਲੀ ਵਾਰ ਇਹ ਇਸ ਤਰ੍ਹਾਂ ਦੀ ਵਾਰਦਾਤ ਜਿਹੜਾ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੀ ਹੈ। ਕਿਸੇ ਘਰ ਦੇ ਵਿੱਚ ਆ ਕੇ ਕਿਸੇ ਨੇ ਇਸ ਤਰੀਕੇ ਦੇ ਨਾਲ ਜਿਹੜਾ ਗਾ ਬੰਬ ਸਿੱਟਿਆ, ਗ੍ਰਨੇਡ ਸਿੱਟਿਆ ਹੋਏ। ਇਸ ਤੋਂ ਪਹਿਲਾਂ ਜਿਹੜਾ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਇਸ ਤਰ੍ਹਾਂ ਦਾ ਇੱਕ ਬੰਬ ਬਲਾਸਟ ਹੋਇਆ ਸੀਗਾ, ਉਹ ਤੋਂ ਬਾਅਦ ਹੁਣ ਇਹ ਚੰਡੀਗੜ੍ਹ ਦੇ ਵਿੱਚ ਇਹ ਇੱਕ ਪਹਿਲੀ ਖਾਸ ਕਰਕੇ ਜਿਹੜੀ ਰੈਜੀਡੈਂਸ ਏਰੀਆ, ਘਰ ਦਾ ਏਰੀਆ ਹੈਗਾ, ਘਰ ਦੇ ਵਿੱਚ ਆ ਕੇ ਜਿਹੜਾ ਸਿੱਟਿਆ ਗਿਆ ਹੈਗਾ, ਇਹ ਪਹਿਲਾਂ ਇਸ ਤਰ੍ਹਾਂ ਦੀ ਪਹਿਲੀ ਵਾਰਦਾਤ ਜਿਹੜੀ ਕਿ ਦੇਖਣ ਨੂੰ ਮਿਲਦੀ ਹੈ। ਔਰ ਵਾਕਈ ਜੀ ਇਸ ਢੰਗ ਦੇ ਨਾਲ ਜਿਸ ਢੰਗ ਦੇ ਨਾਲ ਪੁਲਿਸ ਹੈ, ਵੱਡੀ ਗਿਣਤੀ ਵਿੱਚ ਪੁਲਿਸ ਹੈ, ਅਫਸਰ ਇੱਥੇ ਪਹੁੰਚ ਰਹੇ ਨੇ, CFSL ਦੀਆਂ ਟੀਮਾਂ ਇੱਥੇ ਪਹੁੰਚੀਆਂ ਨੇ, CCTV ਕੈਮਰੇ ਦੀ ਫੁਟੇਜ ਪੁਲਿਸ ਦੇ ਹੱਥ ਹੈ। ਵੱਡੀ ਚੁਣੌਤੀ ਜ਼ਰੂਰ ਹੈ, ਪਰ ਉਮੀਦ ਇਹੀ ਲਾਈ ਜਾ ਸਕਦੀ ਹੈ ਕਿ ਇਹ ਮੁਲਜ਼ਮ ਬਖਸ਼ੇ ਨਹੀਂ ਜਾਣਗੇ। ਜਲਦ ਹੀ ਪੁਲਿਸ ਇਸ ਮਾਮਲੇ ਨੂੰ ਕ੍ਰੈਕ ਕਰੇਗੀ ਅਤੇ ਜਲਦ ਹੀ ਮੁਲਜ਼ਮ ਪੁਲਿਸ ਦੀ ਗ੍ਰਿਫਤ ਦੇ ਵਿੱਚ ਜ਼ਰੂਰ ਆਉਣਗੇ। ਪਰ ਚੰਡੀਗੜ੍ਹ ਦੇ ਵਿੱਚ ਅੱਜ ਜੋ ਕੁਝ ਵੀ ਹੋਇਆ ਇਹ ਆਪਣੇ ਆਪ ਦੇ ਵਿੱਚ ਚੌਂਕਾਉਣ ਵਾਲੀਆਂ ਤਸਵੀਰਾਂ ਨੇ। ਜੀ ਹਾਂ, ਚੰਡੀਗੜ੍ਹ ਦਾ ਸੈਕਟਰ 10 ਪੌਸ਼ ਇਲਾਕਾ, ਨੇੜਲੇ ਪਾਸੇ ਕਈ ਅਫਸਰ, ਕਈ ਵਕੀਲ, ਕਈ ਵੱਡੇ ਵੱਡੇ ਬਿਜ਼ਨਸਮੈਨ ਰਹਿੰਦੇ ਨੇ। ਅਜਿਹੇ ਵਿੱਚ ਇੱਕ ਕੋਠੀ ਦੇ ਵਿੱਚ ਇਸ ਢੰਗ ਦੇ ਨਾਲ ਧਮਾਕਾ ਖੇਜ ਸਮੱਗਰੀ ਸੁੱਟਣੀ ਅਤੇ ਇਸ ਢੰਗ ਦੇ ਨਾਲ ਫਰਾਰ ਹੋ ਜਾਣਾ, ਪੁਲਿਸ ਦੇ ਨੱਕ ਦੇ ਥੱਲੇ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਣਾ। ਔਰ ਚੰਡੀਗੜ੍ਹ ਜਿਸ ਨੂੰ ਕਿ ਕੈਮਰਿਆਂ ਵਾਲਾ ਸ਼ਹਿਰ ਵੀ ਕਿਹਾ ਜਾਂਦਾ, ਸਭ ਤੋਂ ਵੱਧ ਕੈਮਰੇ ਦੇਸ਼ ਦੇ ਵਿੱਚ ਸ਼ਾਇਦ ਚੰਡੀਗੜ੍ਹ ਦੇ ਵਿੱਚ ਲੱਗੇ ਹੋਣਗੇ। ਔਰ ਇਹ ਖਬਰਾਂ ਵੀ ਸਹੀ ਬਣਦੀਆਂ ਰਹੀਆਂ ਨੇ, ਜਿੱਦਾਂ ਕਿ ਸਾਡੇ ਸਹਿਯੋਗੀ ਵੀ ਦੱਸ ਰਹੇ ਸੀ, ਲੋਕ ਤੰਗ ਆ ਗਏ ਚਲਾਨ ਭਰ ਭਰ ਕੇ। ਜ਼ਰਾ ਜਿਹਾ ਤੁਸੀਂ ਰੈੱਡ ਸਿਗਨਲ ਟੱਪਿਆ ਨਹੀਂ ਕਿ ਚਲਾਨ 10 ਮਿੰਟਾਂ ਬਾਅਦ ਤੁਹਾਡੇ ਮੋਬਾਈਲ ਦੇ ਉੱਪਰ ਆ ਜਾਂਦਾ। ਅਜਿਹੇ ਵਿੱਚ ਕੈਮਰਿਆਂ ਦੀਆਂ ਨਜ਼ਰਾਂ ਤੋਂ ਕਿਵੇਂ ਬਚ ਸਕਦੇ ਨੇ ਮੁਲਜ਼ਮ ਅਤੇ ਆਖਿਰਕਾਰ ਐਡੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਸੋਚ ਵੀ ਕਿਵੇਂ ਸਕਦੇ ਨੇ? ਇਹ ਵੱਡਾ ਸਵਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਲਈ, ਚੰਡੀਗੜ੍ਹ ਪੁਲਿਸ ਦੇ ਲਈ ਬਰਕਰਾਰ ਹੈ। ਔਰ ਲੋਕਾਂ ਦੇ ਦਿਲਾਂ ਦੇ ਵਿੱਚ ਸਹਿਮ ਪੈਦਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ, ਜੇਕਰ ਪੁਲਿਸ ਜਲਦੀ ਇਸ ਮਾਮਲੇ ਨੂੰ ਕ੍ਰੈਕ ਕਰਦੀ ਹੈ ਤਾਂ ਸਮਝਿਆ ਜਾ ਸਕਦਾ ਕਿ ਪੁਲਿਸ ਲਈ ਵੀ ਇੱਕ ਵੱਡੀ ਸਕਸੈਸ ਹੋਵੇਗੀ। ਸਾਡੇ ਸਹਿਯੋਗੀ ਲਗਾਤਾਰ ਦਲਜੀਤ ਸਾਡੇ ਨਾਲ ਬਣੇ ਹੋਏ ਨੇ। ਦਲਜੀਤ, ਕੋਈ ਹੋਰ ਅਪਡੇਟ ਇਸ ਮਾਮਲੇ ਦੇ ਵਿੱਚ? ਦੇਖੋ, ਫਿਲਹਾਲ ਤਾਂ ਮੌਕੇ ਦੇ ਉੱਪਰ ਜਿਹੜੇ ਕਿ ਸੀਨੀਅਰ ਅਧਿਕਾਰੀ DGP SSP ਅਤੇ ਹੋਰ ਜਿਹੜੀਆਂ ਖੂਬੀ ਏਜੰਸੀਆਂ ਨੇ ਉਹ ਮੌਕੇ ਦੇ ਉੱਪਰ ਪਹੁੰਚ ਚੁੱਕੀਆਂ ਨੇ। ਫਿਲਹਾਲ ਤਾਂ ਜਿਹੜੀ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ, ਬਾਕੀ ਤਾਂ ਹੁਣ ਜਿਹੜਾ ਹੈਗਾ ਜਾਂਚ ਤੋਂ ਬਾਅਦ ਕੀ ਹੁਣ ਪੁਲਿਸ ਕਹਿੰਦੀ ਹੈ ਕਿ ਇਹ ਕਾਰਨ ਸੀਗਾ, ਇਹ ਜਾਂਚ ਤੋਂ ਬਾਅਦ ਹੀ ਜਿਹੜਾ ਹੈਗਾ ਸਾਹਮਣੇ ਆਏਗਾ। ਪਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਚੰਡੀਗੜ੍ਹ ਪੁਲਿਸ ਵਾਸਤੇ ਹੁਣ ਇੱਕ ਵੱਡੀ ਚੁਣੌਤੀ ਹੋਏਗੀ। ਦੇਖਣਾ ਹੋਏਗਾ ਕਿ ਜਿਹੜੇ ਹੁਣ ਕੈਮਰੇ ਥਾਂ ਥਾਂ 'ਤੇ ਲਗਾਏ ਨੇ, ਇਹਨਾਂ ਕੈਮਰੇ ਦੇ ਨਾਲ ਹੁਣ ਜਿਹੜੇ ਪੁਲਿਸ ਕਿਵੇਂ ਜਿਹੜੇ ਆਰੋਪੀ ਹੈਗੇ ਜਿਹੜੇ ਭੱਜੇ ਉਹਨਾਂ ਨੂੰ ਉਹਨਾਂ ਤੱਕ ਪਹੁੰਚਦੀ ਹੈ, ਕਿਉਂਕਿ ਅਕਸਰ ਇਹ ਕੈਮਰਿਆਂ ਦੇ ਵਿੱਚ ਹਜੇ ਜਦੋਂ ਲੋਕ ਜਿਵੇਂ ਕਿ ਤੁਸੀਂ ਦੱਸਿਆ ਲੋਕਾਂ ਦੇ ਜਿਹੜੇ ਕਿ ਚਲਾਨ ਹੀ ਕੀਤੇ ਗਏ ਨੇ। ਪਰ ਹੁਣ ਦੇਖਣਾ ਹੈਗਾ ਇਹ ਜਿਹੜੇ ਕੈਮਰੇ ਲੱਗੇ ਨੇ ਹੁਣ ਕਿੰਨਾ ਕੁ ਜਿਹੜੇ ਹੈਗਾ ਚੰਡੀਗੜ੍ਹ ਪੁਲਿਸ ਨੂੰ ਆਰੋਪੀਆਂ ਨੂੰ ਜਰੂਰ ਫੜਨ ਦੇ ਵਿੱਚ ਮਦਦ ਕਰਦੇ ਨੇ। ਔਰ ਵਾਕਈ ਜੀ ਇਹ ਤਸਵੀਰਾਂ ਆਪਣੇ ਆਪ 'ਚ ਹੈਰਾਨ ਕਰਨ ਵਾਲੀਆਂ ਨੇ, ਜਿਹੜੀਆਂ CCTV ਤਸਵੀਰਾਂ ਹੱਥ ਲੱਗੀਆਂ ਨੇ। ਇਹ CCTV ਤਸਵੀਰਾਂ ਪੁਲਿਸ ਦੇ ਲਈ ਇੱਕ ਵੱਡਾ ਕਲੂ ਜ਼ਰੂਰ ਸਾਬਤ ਹੋਣਗੀਆਂ।
ਖੁਫੀਆ ਏਜੰਸੀਆਂ ਦੇ ਲਈ ਇੱਕ ਵੱਡਾ ਕਲੂ ਜ਼ਰੂਰ ਸਾਬਤ ਹੋਣਗੀਆਂ। ਔਰ ਜਿਸ ਢੰਗ ਦੇ ਨਾਲ ਇਹਨਾਂ ਨੇ ਜ਼ੁਰਤ ਕੀਤੀ ਹੈ, ਹਮਲਾਵਰਾਂ ਨੇ ਜ਼ੁਰਤ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਬਖਸ਼ੇ ਨਹੀਂ ਜਾਣਗੇ। ਪੁਲਿਸ ਦੀਆਂ ਟੀਮਾਂ, CFSL ਦੀਆਂ ਟੀਮਾਂ, ਬੰਬ ਸਕੁਆਡ ਦੀਆਂ ਟੀਮਾਂ, ਲਗਾਤਾਰ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ਦੇ ਉੱਪਰ ਪਹੁੰਚਦੇ ਵਿਖਾਈ ਦੇ ਰਹੇ ਨੇ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 10 ਦੀਆਂ, ਸੈਕਟਰ 10 ਦੀਆਂ ਇਹ ਤਸਵੀਰਾਂ, 575 ਨੰਬਰ ਕੋਠੀ ਦੀਆਂ ਉਹ ਤਸਵੀਰਾਂ ਜਿੱਥੇ ਕਿ ਧਮਾਕਾ ਖੇਜ ਸਮੱਗਰੀ ਸੁੱਟੀ ਗਈ, ਉਸ ਤੋਂ ਬਾਅਦ ਚਿੰਗਿਆੜੀਆਂ ਨਿਕਲਦੀਆਂ ਵਿਖਾਈ ਦਿੱਤੀਆਂ। ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਬੂਤ ਨੇ ਕਿ ਆਖਿਰਕਾਰ ਕੀ ਕੁਝ ਹੋਇਆ ਸੀ। ਫਸਟ ਹੈਂਡ ਇਨਫੋਰਮੇਸ਼ਨ ਜੋ ਪੁਲਿਸ ਦੇ ਹੱਥ ਫਿਲਹਾਲ ਲੱਗੀ ਹੈ, ਉਸ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਨੂੰ ਅੱਗੇ ਤੋਰਿਆ ਜਾਵੇਗਾ। ਇਸ ਪੂਰੇ ਮਾਮਲੇ ਦੀ ਕਾਰਵਾਈ ਅਤੇ ਪੂਰੀ ਕਾਰਵਾਈ ਦੀ ਨੀਂਹ ਇਹ CCTV ਤਸਵੀਰਾਂ ਸਮਝੀਆਂ ਜਾ ਸਕਦੀਆਂ ਨੇ। ਕੌਣ ਸੀ ਉਹ ਬਦਮਾਸ਼, ਕਿੱਥੋਂ ਆਏ, ਕਿੱਥੇ ਲੁਪਤ ਹੋ ਗਏ, ਕਿੱਥੇ ਗੁਪਤ ਹੋ ਗਏ, ਕਿੱਥੇ ਰੂਪੋਸ਼ ਹੋ ਗਏ, ਇਹ ਪੁਲਿਸ ਦੇ ਲਈ ਇੱਕ ਵੱਡੀ ਚੁਣੌਤੀ ਬਰਕਰਾਰ ਹੈ। 3 ਨੌਜਵਾਨ ਦੱਸੇ ਜਾ ਰਹੇ ਨੇ ਹੁਣ ਤੱਕ, ਮੁੱਢਲੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਈ ਹੈ, ਸੈਕਟਰ 10 ਦੇ ਵਿੱਚ 575 ਨੰਬਰ ਕੋਠੀ ਦੇ ਵਿੱਚ 3 ਨੌਜਵਾਨ, 3 ਹਮਲਾਵਰ ਆਟੋ ਦੇ ਵਿੱਚ ਸਵਾਰ ਹੋ ਕੇ ਆਉਂਦੇ ਨੇ, ਧਮਾਕਾ ਖੇਜ ਸਮੱਗਰੀ ਸੁੱਟਦੇ ਨੇ, ਉਸ ਤੋਂ ਬਾਅਦ ਚਿੰਗਿਆੜੀਆਂ ਨਿਕਲਦੀਆਂ ਨੇ। ਮੁੱਢਲੀ ਜਾਣਕਾਰੀ ਮੁਤਾਬਕ ਗ੍ਰਨੇਡ ਨੁਮਾ ਕੋਈ ਚੀਜ਼ ਸੀ ਜਿਹੜੀ ਕਿ ਇੱਥੇ ਸੁੱਟੀ ਗਈ, ਅਤੇ ਪੁਲਿਸ ਹੁਣ ਇੱਥੇ ਵੇਰਵਾ ਸਾਂਝਾ ਕਰਦੀ ਦਿਖਾਈ ਦੀ। ਪੁਲਿਸ ਕੁਝ ਕਹਿ ਰਹੀ ਹੈ, ਸੁਣਾਂਗੇ ਅਸੀਂ ਕੀ ਕਹਿਣਾ ਪੁਲਿਸ ਦਾ। ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ, ਕੰਪਲੇਂਟ ਸੀ, ਇਨਫੋਰਮੇਸ਼ਨ ਸਾਨੂੰ 112 'ਤੇ ਕਾਲ ਕਰਕੇ ਇੱਥੇ ਜਦੋਂ ਪਹੁੰਚੇ ਹਾਂ ਤਾਂ ਦੇਖਿਆ ਕਿ ਇੱਥੇ ਕੁਝ ਚੀਜ਼ ਜਿਹਦੇ 'ਚ ਕੋਈ ਪ੍ਰੈਸ਼ਰ ਜਿਹਦੇ 'ਚੋਂ ਨਿਕਲਿਆ ਹੋਵੇ, ਪ੍ਰੈਸ਼ਰ ਟਾਈਪ ਬਲਾਸਟ ਛੋਟਾ ਇੱਥੇ ਜਿਹਦੇ ਕਰਕੇ ਘਰ ਦੇ ਨੁਕਸਾਨ ਹੋਇਆ, ਕੁਝ ਗਮਲੇ ਜਿਹੜੇ ਗੱਡੀ 'ਚ ਪਏ ਸੀ ਉਹਨਾਂ ਦਾ ਨੁਕਸਾਨ ਹੋਇਆ। ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ, ਉਹਨਾਂ ਨੇ ਉਹਨਾਂ ਨੂੰ ਦੇਖਿਆ ਅਤੇ ਜਦੋਂ ਇੱਥੋਂ ਆਟੋ ਐਬਸਕੌਂਡ ਹੋ ਗਿਆ, ਉਸ ਤੋਂ ਬਾਅਦ ਦੀ ਸਾਡੀ ਟੀਮ ਹੁਣ ਲੱਗੀਆਂ ਹੋਈਆਂ ਅਤੇ ਉਹਨਾਂ ਨੂੰ ਅਸੀਂ ਸਰਚ ਕਰਦੇ। ਉਹ ਜੀ ਹਾਲੇ ਤਫਤੀਸ਼ ਦਾ ਵਿਸ਼ਾ, ਹਾਲੇ ਲੰਬੀ ਗੱਲ ਹੈ, ਉਹ ਹਾਲੇ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਨਹੀਂ, ਉਹ ਹਾਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਸਮ ਬਲਾਸਟ ਹੈਜ਼ ਹੈਪਨਡ, ਵਾਟ ਇਜ਼ ਦ ਕੌਜ਼ ਆਫ ਬਲਾਸਟ ਅਸੀਂ ਹਾਲੇ ਇਨਵੈਸਟੀਗੇਟ ਕਰ ਰਹੇ ਹਾਂ। ਕੋਈ ਟੈਰਰ ਐਂਗਲ ਲੱਗ ਰਿਹਾ ਮੈਨੂੰ, ਆਪੋ ਵੀ ਸ਼ੁਰੂਆਤੀ ਜਾਂਚ ਦੀ ਟੀਮਸ ਇੱਥੇ ਆ ਗਈਆਂ, ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲ ਕਰ ਰਹੇ ਹਾਂ। ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਮ ਕੋਈ ਅਭੀ ਤੱਕ ਕੋਈ ਗੱਲ ਨਿਕਲ ਕੇ ਸਾਹਮਣੇ ਆਈ ਹੈ ਇਸ ਤਰ੍ਹਾਂ ਦੀ? ਨਹੀਂ, ਇਹ ਜਿਹੜੀ ਮੈਂ ਦੱਸੀ ਹੈ ਜੀ ਉਹੀ ਗੱਲ ਹੈ। ਹਜੇ ਕੋਈ ਜਾਨੀ ਨੁਕਸਾਨ ਤਾਂ ਮੈਮ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ, ਪ੍ਰਾਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ, ਉਹ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਤੇ ਅੱਗੇ ਅਸੀਂ ਦੇਖਦੇ ਹਾਂ। ਤੇ ਸਸਪੈਕਟਿਡ ਆਟੋ ਨੂੰ ਲੈ ਕੇ ਕੁਝ ਕਰ ਰਹੇ ਹਾਂ ਮੈਂ, ਬਿਲਕੁਲ ਐਸਐਸਪੀ ਚੰਡੀਗੜ੍ਹ ਤਾਂ ਪੁਲਿਸ ਵੱਲੋਂ ਵੇਰਵਾ ਸਾਂਝਾ ਕੀਤਾ ਗਿਆ। ਹਾਲੇ ਮੁੱਢਲੀ ਜਾਣਕਾਰੀ ਮੁਤਾਬਕ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਉਸ ਦੀ ਜਾਣਕਾਰੀ ਇੱਥੇ ਸੀਨੀਅਰ ਪੁਲਿਸ ਆਫਿਸਰ ਦਿੰਦੇ ਨਜ਼ਰ ਆ ਰਹੇ ਨੇ। ਆਟੋ ਸਵਾਰ ਨੌਜਵਾਨਾਂ ਨੇ ਇੱਥੇ ਹਮਲਾ ਕੀਤਾ, 2 ਸਸਪੈਕਟ ਹੁਣ ਦੱਸੇ ਜਾ ਰਹੇ ਨੇ। ਪੁਲਿਸ ਨੇ ਜੋ ਤਾਜ਼ਾ ਬਿਆਨ ਦਿੱਤਾ, 2 ਸਸਪੈਕਟ ਨੇ, 2 ਸ਼ੱਕੀ ਇੱਥੇ ਆਏ ਨੇ, ਜਿਨ੍ਹਾਂ ਵਿੱਚੋਂ ਹਾਲੇ ਤੱਕ ਕੀ ਕੁਝ ਆਈਡੈਂਟੀਫਿਕੇਸ਼ਨ ਹੋਈ ਹੈ, ਕਿਸ ਢੰਗ ਦੇ ਨਾਲ ਉਹਨਾਂ ਨੂੰ ਟਰੇਸ ਕੀਤਾ ਜਾ ਰਿਹਾ, ਪੁਲਿਸ ਹਾਲੇ, ਕਿਉਂਕਿ ਹਾਲੇ ਬੜਾ ਇੱਕ ਅਰਲੀ ਫੇਸ ਸਮਝਿਆ ਜਾ ਸਕਦਾ, ਪ੍ਰੋਪਰਟੀ ਦਾ ਨੁਕਸਾਨ ਹੋਇਆ, ਜਾਨੀ ਨੁਕਸਾਨ ਨਹੀਂ ਹੋਇਆ। ਕੰਪਲੇਨੈਂਟ ਇਸ ਮਾਮਲੇ ਦੇ ਵਿੱਚ ਜਿਹੜੇ ਨੇ ਦੱਸਿਆ ਜਾ ਰਿਹਾ ਕਿ ਆਪਣੇ ਵਰਾਂਡੇ ਦੇ ਵਿੱਚ ਬੈਠੇ ਹੋਏ ਸੀ, ਉਹਨਾਂ ਨੇ ਵੇਖੇ ਨੇ ਕਿ ਆਖਿਰਕਾਰ ਕੌਣ ਸੀ ਉਹ ਸ਼ੱਕੀ, ਅਤੇ ਉਹਨਾਂ ਦੇ ਸਾਹਮਣੇ ਹੀ ਉਹ ਧਮਾਕਾ ਖੇਜ ਸਮੱਗਰੀ ਸੁੱਟ ਕੇ ਇੱਥੋਂ ਫਰਾਰ ਹੋ ਜਾਂਦੇ ਨੇ। ਪ੍ਰੈਸ਼ਰ ਬਲਾਸਟ ਸੀ, ਘਰ ਦੇ ਅੰਦਰ ਦੀਆਂ ਤਸਵੀਰਾਂ ਵੀ ਤੁਸੀਂ ਵੇਖ ਪਾ ਰਹੇ ਹੋ। CFSL ਦੀਆਂ ਟੀਮਾਂ ਇਸ ਵੇਲੇ ਇੱਥੇ ਰੁੱਝੀਆਂ ਵਿਖਾਈ ਦੇ ਰਹੀਆਂ ਨੇ, ਕਿਉਂਕਿ ਜਦ ਵੀ ਅਜਿਹਾ ਕੋਈ
ਬਲਾਸਟ ਹੁੰਦਾ ਤਾਂ CFSL ਦੀਆਂ ਟੀਮਾਂ ਦੇ ਰਾਹੀਂ ਇੱਥੇ ਤੱਥ ਜੁਟਾਏ ਜਾਂਦੇ ਨੇ ਤਾਂ ਜੋ ਬਾਅਦ ਦੇ ਵਿੱਚੋਂ ਇਨਵੈਸਟੀਗੇਸ਼ਨ ਨੂੰ ਹੋਰ ਜ਼ਿਆਦਾ ਪੁਖਤਾ ਢੰਗ ਦੇ ਨਾਲ ਅੱਗੇ ਤੋਰਿਆ ਜਾ ਸਕੇ। ਤਾਂ ਚੰਡੀਗੜ੍ਹ ਦੇ ਸੈਕਟਰ 10 ਦੇ ਵਿੱਚ ਧਮਾਕਾ ਹੋਇਆ, ਕੁਝ ਗੱਲਾਂ ਸਾਫ਼ ਹੋ ਗਈਆਂ ਨੇ, ਕੁਝ ਗੱਲਾਂ ਦਾ ਹਾਲੇ ਵੀ ਸਾਫ਼ ਹੋਣਾ ਬਾਕੀ ਹੈ। ਵੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਵਿੱਚ ਅੱਗੇ ਕੀ ਕੁਝ ਖੁਲਾਸੇ ਕਰਦੀ ਹੈ, ਪਰ ਵਾਕਈ 'ਚ ਹੈਰਾਨ ਕਰਨ ਦੇਣ ਵਾਲੀ ਇਹ ਪੂਰੀ ਵਾਰਦਾਤ ਚੰਡੀਗੜ੍ਹ ਵਾਸੀਆਂ ਦੇ ਦਿਲਾਂ ਦੇ ਵਿੱਚ ਵੀ ਸਹਿਮ ਪੈਦਾ ਕਰਨ ਦੀ ਇੱਕ ਕੋਸ਼ਿਸ਼, ਹਾਲਾਂਕਿ ਉਮੀਦ ਇਹ ਕੀਤੀ ਜਾ ਸਕਦੀ ਕਿ ਪੁਲਿਸ ਇਹਨਾਂ ਮੁਲਜ਼ਮਾਂ ਨੂੰ ਜਲਦ ਕਾਬੂ ਕਰੇਗੀ। ਇਸ ਬੁਲੇਟਿਨ 'ਚ ਫਿਲਹਾਲ ਮੇਰੇ ਨਾਲ ਨਹੀਂ, ਮੈਨੂੰ ਦਿਓ ਇਜਾਜ਼ਤ, ਧੰਨਵਾਦ।